ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਫ ਸਟੱਡੀ ਦੇ ਵਿੱਚ ਸੋ ਹਾਜ਼ਰਾਂ ਤੁਹਾਡੇ ਲਈ ਆਪਣੀ ਰੋਜ਼ਾਨਾ ਦੀ ਕਲਾਸ ਲੈ ਕੇ ਮੈਂਟਲ ਅਬਿਲਟੀ ਦੀ ਆਪਣੀ ਇਹ ਕਲਾਸ ਹੈ ਮੈਂਟਲ ਅਬਿਲਟੀ ਐਂਡ ਲੌਜੀਕਲ ਰੀਜ਼ਨਿੰਗ ਪੰਜਾਬੀ ਦੇ ਵਿੱਚ ਆਪਾਂ ਨੇ ਰੀਜ਼ਨਿੰਗ ਸਟਾਰਟ ਕੀਤੀ ਹੋਈ ਹੈਗੀ ਸੋ ਜਿਹੜੇ ਬੱਚੇ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਵਾਸਤੇ ਇਹ ਸਪੈਸ਼ਲ ਬੈਚ ਆਪਾਂ ਨੇ ਸਟਾਰਟ ਕੀਤਾ ਹੋਏਗਾ ਜਿਸ ਦੇ ਵਿੱਚ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰ ਸਕਦੇ ਹੋ ਡੇਲੀ ਆਪਣੀ ਕਲਾਸ ਹੁੰਦੀ ਹੈਗੀ ਟਾਈਮ ਉੱਪਰ ਹੇਠਾਂ ਹੋ ਜਾਂਦਾ ਹੈਗਾ ਕੁਝ ਦਿਨ ਹੋ ਗਏ ਕਿ ਆਪਣੀ ਕਲਾਸ ਸਹੀ ਟਾਈਮ ਤੇ ਨਹੀਂ ਲੱਗ ਰਹੀ ਉਸ ਕਰਕੇ ਮਾਫੀ ਚਾਹੁੰਦੇ ਹਾਂ ਹੁਣ ਤੋਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਆਪਾਂ ਸਹੀ ਟਾਈਮ ਤੇ ਕਲਾਸ ਦੇ ਸਕੀਏ ਸੋ ਜੇਕਰ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਵੀਡੀਓ ਦੇ ਜਰੀਏ ਪਹਿਲੀ ਵਾਰ ਜੁੜ ਰਹੇ ਹੋ ਤਾਂ ਪਿਛਲੀਆਂ ਸਾਰੀਆਂ ਵੀਡੀਓਜ਼ ਨੂੰ ਜਿੰਨੀਆਂ ਕਿ ਆਪਣੀਆਂ ਹੁਣ ਤੱਕ ਹੋ ਚੁੱਕੀਆਂ ਨੇ ਮੈਥ ਰੀਜ਼ਨਿੰਗ ਪੰਜਾਬ ਜੀਕੇ ਉਹਨਾਂ ਨੂੰ ਦੇਖਣ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲਿੰਕ ਲੈ ਸਕਦੇ ਹੋ ਪਲੇਲਿਸਟਾਂ ਦਾ ਤੁਹਾਨੂੰ ਲਿੰਕ ਮਿਲ ਜਾਏਗਾ ਪਹਿਲੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਕਲਾਸਾਂ ਹੋਈਆਂ ਨੇ ਤੁਸੀਂ ਸਾਰੀਆਂ ਨੂੰ ਜਾ ਕੇ ਦੇਖ ਸਕਦੇ ਹੋ ਤੇ ਜਾਂ ਫਿਰ ਜਿਹੜਾ ਚੈਨਲ ਦਾ ਆਪਣਾ ਸੈਕਸ਼ਨ ਬਣਿਆ ਹੁੰਦਾ ਹੈਗਾ ਪਲੇਲਿਸਟ ਤਾਂ ਉੱਥੇ ਜਾ ਕੇ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਜਿਹੜੀ ਪਲੇਲਿਸਟ ਦੇਖਣਾ ਚਾਹੋ ਉਹ ਦੇਖ ਸਕਦੇ ਹੋ ਤੇ ਜਾਂ ਫਿਰ ਤੁਸੀਂ ਇੱਥੇ ਆਈ ਬਟਨ ਜਿਹੜਾ ਬਣਿਆ ਹੁੰਦਾ ਹੈਗਾ ਉਸ ਨੂੰ ਪ੍ਰੈਸ ਕਰਨਾ ਹੈਗਾ ਪਲੇਲਿਸਟਾਂ ਦੀ ਸੂਚੀ ਖੁੱਲ ਜਾਏਗੀ ਉੱਥੇ ਜਾ ਕੇ ਤੁਸੀਂ ਸਿਲੈਕਟ ਕਰ ਸਕਦੇ ਹੋ ਜਿਹੜੀ ਪਲੇਲਿਸਟ ਦੇਖਣੀ ਹੋਵੇ ਠੀਕ ਹੈ ਤੇ ਨਾਲ ਹੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਦਾ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਤੁਸੀਂ ਨੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ ਹੈਗਾ ਉੱਥੇ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹੇਗੀ ਇਹ ਸੀਗਾ ਆਪਣਾ ਰੀਜ਼ਨਿੰਗ ਦਾ ਸਿਲੇਬਸ ਨੰਬਰ ਐਂਡ ਲੈਟਰ ਸੀਰੀਜ਼ ਦਾ ਪਹਿਲਾ ਚੈਪਟਰ ਆਪਣਾ ਕੰਪਲੀਟ ਹੋ ਗਿਆ ਸੀਗਾ ਦੂਜੇ ਨੂੰ ਆਪਾਂ ਨੇ ਇੱਕ ਵਾਰ ਸਕਿਪ ਕਰ ਦਿੱਤਾ ਹੈਗਾ ਉਸ ਨੂੰ ਆਪਾਂ ਜਮਾ ਲਾਸਟ ਦੇ ਵਿੱਚ ਕਰਾਂਗੇ ਸਟੇਟਮੈਂਟ ਐਂਡ ਕਨਕਲੂਜਨ ਦਾ ਹੋ ਚੁੱਕਾ ਹੈਗਾ ਉਸ ਤੋਂ ਬਾਅਦ ਆਪਣਾ ਪੈਟਰਨ ਕੰਪਲੀਸ਼ਨ ਦਾ ਹੋ ਚੁੱਕਾ ਹੈ ਆਰਡਰ ਐਂਡ ਰੈਂਕਿੰਗ ਦਾ ਆਪਣਾ ਚੱਲਦਾ ਪਿਆਗਾ ਇਸ ਦੀ ਇੱਕ ਕਲਾਸ ਆਪਾਂ ਹੋਰ ਕਰਾਂਗੇ ਤੇ ਅਗਲੀ ਕਲਾਸ ਦੇ ਵਿੱਚ ਆਪਣਾ ਇਹ ਚੈਪਟਰ ਸਮਾਪਤ ਹੀ ਹੋ ਜਾਏਗਾ ਆਰਡਰ ਐਂਡ ਰੈਂਕਿੰਗ ਦਾ ਠੀਕ ਹੈ ਤੇ ਉਸ ਤੋਂ ਬਾਅਦ ਦੇਖੋ ਆਪਣੀ ਤਿੰਨ ਚੈਪਟਰ ਰਹਿ ਜਾਣਗੇ ਦੋ ਆਹ ਵਾਲੇ ਤੇ ਇੱਕ ਆ ਠੀਕ ਹੈ ਇਹਨਾਂ ਨੂੰ ਵੀ ਆਪਾਂ ਨੇ ਕੰਪਲੀਟ ਕਰ ਲੈਣੇਗਾ ਕੁਝ ਹੀ ਦਿਨਾਂ ਦੇ ਵਿੱਚ ਤਾਂ ਹੁਣ ਦੇਖੋ ਰੀਜ਼ਨਿੰਗ ਦਾ ਅੱਜ ਆਪਣਾ 17ਵਾਂ ਦੇਣਾ ਹੈਗਾ ਇਸ ਤੋਂ ਪਹਿਲਾਂ 16 ਕਲਾਸਾਂ ਆਪਣੀਆਂ ਰੀਜ਼ਨਿੰਗ ਦੀਆਂ ਹੋ ਚੁੱਕੀਆਂ ਨੇ ਤੁਸੀਂ ਨੇ ਪਲੇਲਿਸਟ ਦੇ ਵਿੱਚ ਜਾ ਕੇ ਸਾਰੀਆਂ ਕਲਾਸਾਂ ਨੂੰ ਲਾਈਨ ਵਾਈਜ਼ ਦੇਖ ਲੈਣੇਗਾ ਜਿਵੇਂ ਕਿ ਸਿਲੇਬਸ ਦੇ ਵਿੱਚ ਚੈਪਟਰ ਦਿੱਤੇ ਹੋਏ ਨੇ ਉਸ ਸੀਕੁਐਂਸ ਤੇ ਹਿਸਾਬ ਨਾਲ ਹੀ ਆਪਾਂ ਸਿਲੇਬਸ ਨੂੰ ਕਵਰ ਕਰ ਰਹੇ ਆ ਆਰਡਰ ਐਂਡ ਰੈਂਕਿੰਗ ਦਾ ਆਪਣਾ ਚੈਪਟਰ ਚੱਲਦਾ ਪਿਆ ਹੈਗਾ ਅੱਜ ਆਪਣਾ ਇਸ ਦਾ ਚੌਥਾ ਦਿਨੇਗਾ ਆਰਡਰ ਐਂਡ ਰੈਂਕਿੰਗ ਦੀ ਆਪਣੀਆਂ ਪੰਜੀ ਕਲਾਸਾਂ ਹੋਣਗੀਆਂ ਕਿ ਪੰਜ ਕਲਾਸਾਂ ਦੇ ਵਿੱਚ ਆਪਣਾ ਇਹ ਚੈਪਟਰ ਸਮਾਪਤ ਹੋ ਜਾਏਗਾ ਪੰਜਵੀਂ ਕਲਾਸ ਦੇ ਵਿੱਚ ਆਪਾਂ ਇਸ ਦਾ ਐਂਡ ਕਰ ਦਾਂਗੇ ਇਸ ਚੈਪਟਰ ਦਾ ਉਸ ਤੋਂ ਬਾਅਦ ਅਗਲਾ ਚੈਪਟਰ ਹੈ ਜਿਹੜਾ ਆਪਾਂ ਨੇ ਉਹ ਸਟਾਰਟ ਕਰ ਲੈਣਾ ਹੈਗਾ ਐਡਵਾਂਸ ਲੈਵਲ ਦੀ ਇਹ ਕਲਾਸ ਹੋਏਗੀ ਇਸ ਤੇ ਠੀਕ ਹੈ ਓਵਰਲੈਪਿੰਗ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਦੇਖੋ ਆਪਾਂ ਪਿਛਲੇ ਕਲਾਸਾਂ ਦੇ ਵਿੱਚ ਕੀ ਕਰਦੇ ਆਏ ਸੀ ਕਿ ਜਿਵੇਂ ਕਿ ਆਪਾਂ ਨੂੰ ਦੇਖੋ ਇਹ ਚੀਜ਼ ਦਿੱਤੀ ਹੋਈ ਹੈਗੀ ਲੈਫਟ ਤੇ ਰਾਈਟ ਸਾਈਡ ਠੀਕ ਹੈ ਤੁਹਾਨੂੰ ਦੱਸ ਦਿੱਤਾ ਸੀਗਾ ਜਿਵੇਂ ਕਿ ਤੁਸੀਂ ਨੇ ਮੋਬਾਈਲ ਆਪਣੇ ਹੱਥ ਦੇ ਵਿੱਚ ਫੜਿਆ ਹੋਏਗਾ ਜਿਹੜਾ ਸਾਈਡ ਤੁਹਾਡਾ ਖੱਬਾ ਪਾਸਾ ਹੈਗਾ ਉਹੀ ਇਸ ਦੇ ਵਿੱਚ ਲਾਈਨ ਦੇ ਵਿੱਚ ਖੱਬਾ ਪਾਸਾ ਹੋਏਗਾ ਇਹ ਚੀਜ਼ ਤੁਸੀਂ ਨੇ ਧਿਆਨ ਦੇ ਵਿੱਚ ਰੱਖਣੀ ਹੈਗੀ ਠੀਕ ਹੈ ਤਾਂ ਦੇਖੋ ਖੱਬਾ ਪਾਸਾ ਸੱਜਾ ਪਾਸਾ ਇਹ ਪਤਾ ਲੱਗ ਗਿਆ ਤੁਹਾਨੂੰ ਜਿਵੇਂ ਕਿ ਦੇਖੋ ਆਪਾਂ ਨੂੰ ਵਿਦਿਆਰਥੀਆਂ ਦੀ ਸੰਖਿਆ ਦੱਸੀ ਹੁੰਦੀ ਸੀਗੀ ਆਪਾਂ ਇਹ ਚੀਜ਼ਾਂ ਤੁਹਾਨੂੰ ਦੱਸਤਾ ਸੀਗਾ ਕਿ ਖੱਬੇ ਪਾਸੋਂ ਵਿਦਿਆਰਥੀ ਦੱਸਣੇ ਸੀਗੇ ਸੱਜੇ ਪਾਸੋਂ ਜਾਂ ਕੁੱਲ ਵਿਦਿਆਰਥੀਆਂ ਦੀ ਸੰਖਿਆ ਪਤਾ ਕਰਨੀ ਸੀਗੀ ਇਹ ਚੀਜ਼ਾਂ ਆਪਣੀਆਂ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਦੇਖੋ ਉਸ ਦੇ ਵਿੱਚ ਫਰਕ ਕੀ ਸੀਗਾ ਜਿਵੇਂ ਕਿ ਆਪਾਂ ਖੱਬੇ ਪਾਸੋਂ ਆਪਾਂ ਨੂੰ ਕਿਸੇ ਵਿਦਿਆਰਥੀ ਦਾ ਸਥਾਨ ਦਿੱਤਾ। ਇਧਰੋਂ ਆਪਾਂ ਨੂੰ ਸੱਜੇ ਪਾਸੋਂ ਵਿਦਿਆਰਥੀ ਦਾ ਸਥਾਨ ਦਿੱਤਾ। ਠੀਕ ਹੈ ਆਪਾਂ ਮੰਨ ਲੈਂਦੇ ਸੀਗੇ ਕਿ ਇਸ ਤਰ੍ਹਾਂ ਆਪਾਂ ਬਣਾ ਲੈਂਦੇ ਸੀਗੇ ਇੱਕ ਵਾਰ ਡਾਇਗਰਾਮ ਨੂੰ। ਠੀਕ ਹੈ ਉਸ ਤੋਂ ਬਿਨਾ ਦੇਖੋ ਇਸ ਦੀ ਇੱਕ ਹੋਰ ਪੋਸਿਬਿਲਟੀ ਵੀ ਤਾਂ ਹੋ ਸਕਦੀ ਹੈ ਜਿਵੇਂ ਕਿ ਆਪਾਂ ਨੂੰ ਵਿਦਿਆਰਥੀਆਂ ਦੀ ਸੰਖਿਆ ਦਿੱਤੀ ਹੈਗੀ ਕਿ ਸਥਾਨ ਦਿੱਤਾ ਹੈਗਾ ਦੋ ਵਿਦਿਆਰਥੀਆਂ ਦਾ ਲੈਫਟ ਤੇ ਰਾਈਟ ਆਪਾਂ ਨੇ ਲਿਖ ਲਿਆ ਤੇ ਇਹ ਵੀ ਤਾਂ ਹੋ ਸਕਦਾ ਹੈਗਾ ਜਿਹੜਾ ਇਧਰਲਾ ਸਥਾਨ ਦਿੱਤਾ ਹੈ ਬੱਚੇ ਦਾ ਉਹ ਇੱਥੇ ਆ ਸਕਦਾ ਹੈਗਾ ਤੇ ਜਿਹੜਾ ਇਹ ਵਾਲਾ ਹੈਗਾ ਇਹ ਇੱਥੇ ਜਾ ਸਕਦਾ ਹੈਗਾ ਮਤਲਬ ਕਿ ਇੱਕ ਦੂਜੇ ਨੂੰ ਕ੍ਰੋਸ ਕੀਤਾ ਕਰ ਸਕਦੇ ਨੇ ਸਮਝ ਆ ਰਹੀ ਹੋਵੇਗੀ ਨਾ ਦੇਖੋ ਜਿਵੇਂ ਕਿ ਮੰਨ ਲਓ ਆਪਾਂ ਨੂੰ ਦੇਖੋ ਦੁਬਾਰਾ ਦੱਸ ਰਹੇ ਇੱਕ ਵਾਰ ਵਿਦਿਆਰਥੀ 30 ਵਿਦਿਆਰਥੀ ਨੇ ਮੰਨ ਲਓ ਇਸ ਲਾਈਨ ਦੇ ਵਿੱਚ ਠੀਕ ਹੈ 30 ਦੇ ਵਿੱਚੋਂ ਜਿਹੜਾ ਖੱਬੇ ਪਾਸੇ ਏ ਵਿਦਿਆਰਥੀ ਬੈਠਾ ਹੈਗਾ ਉਹ ਮੰਨ ਲਓ 25ਵੇਂ ਸਥਾਨ ਤੇ ਬੈਠਾ ਹੈਗਾ ਇੱਥੇ ਸਾਰੀ ਹੋਏਗਾ 25ਵੇਂ ਸਥਾਨ ਤੇ ਏ ਠੀਕ ਹੈ ਇਧਰੋਂ ਆਪਾਂ ਨੂੰ ਕਹਤਾ ਕਿ ਸੱਜੇ ਪਾਸੋਂ ਬੀ ਹੈਗਾ ਜਿਹੜਾ ਉਹ 25ਵੇਂ ਸਥਾਨ ਤੇ ਬੈਠੇਗਾ ਉਹ ਇੱਥੇ ਹੋ ਜਾਏਗਾ b ਮਤਲਬ ਕਿ ਦੇਖੋ ਜੇ ਆਪਾਂ ਦੂਜੀ ਤਰ੍ਹਾਂ ਡਾਇਗਰਾਮ ਬਣਾਈਏ ਇਸ ਨੂੰ ਪਿਛਲੇ ਵਾਰ ਵਾਂਗੂ ਆਪਾਂ ਇਸ ਤਰ੍ਹਾਂ ਤਾਂ ਨਹੀਂ ਬਣਾ ਸਕਦੇ 25 ਇਸ ਤਰ੍ਹਾਂ 25 ਨਹੀਂ ਬਣਾ ਸਕਦੇ ਕਿਉਂਕਿ ਆਪਾਂ ਨੂੰ 30 ਦਿੱਤਾ ਹੋਇਆ ਹੈਗਾ ਠੀਕ ਹੈ 30 ਦੇ ਵਿੱਚ ਆਪਾਂ ਜੇਕਰ ਇਸ ਤਰ੍ਹਾਂ 25 ਬਣਾਉਣ ਲੱਗ ਗਏ ਤਾਂ 25 a ਹੋਗੇ 25 a ਹੋਗੇ 25 ਦੇ 25 ਤਾਂ 50 ਹੋਗੇ ਤੇ ਆ ਜਿਹੜੇ ਵਿਚਾਲੇ ਬਚਦੇ ਨੇ ਇਹ ਅਲੱਗ ਤੋਂ ਹੋਗੇ ਮਤਲਬ ਕਿ ਦੇਖੋ ਡਾਇਗਰਾਮ ਬਣਨ ਦੀਆਂ ਦੋ ਤਰ੍ਹਾਂ ਦੀਆਂ ਪੋਸਿਬਿਲਿਟੀਜ਼ ਹੁੰਦੀਆਂ ਨੇ ਪਹਿਲਾ ਤਾਂ ਹੋਏਗਾ ਦੇਖੋ ਜਿਵੇਂ ਕਿ ਆਪਾਂ ਨੇ ਤੁਹਾਨੂੰ ਦੱਸੀ ਦਿੱਤਾ ਹੈਗਾ ਇਸ ਤਰ੍ਹਾਂ ਇਸ ਤਰ੍ਹਾਂ ਵਿਚਾਲੇ ਸੰਖਿਆ ਉਹਨਾਂ ਦੇ ਵਿਚਾਲੇ ਬਚੇ ਹੋਣਗੇ ਵਿਦਿਆਰਥੀ ਠੀਕ ਹੈ ਲੈਫਟ ਤੇ ਰਾਈਟ ਆਪਾਂ ਲਿਖ ਲੈਣੇ ਹੈਗਾ ਇਸ ਨੂੰ ਤੇ ਦੂਜਾ ਹੋਏਗਾ ਇੱਕ ਦੂਜੇ ਨੂੰ ਕ੍ਰੋਸ ਕਰ ਰਹੇ ਹੋਣਗੇ ਦੇਖੋ ਠੀਕ ਹੈ ਕ੍ਰੋਸ ਮਤਲਬ ਕਿ ਦੇਖੋ ਇਹ ਇਸ ਤਰ੍ਹਾਂ ਤੇ ਇਸ ਤਰ੍ਹਾਂ ਮੰਨ ਲਓ ਆਪਾਂ ਨੂੰ ਵਿਚਾਲੇ ਵਿਦਿਆਰਥੀਆਂ ਦੀ ਸੰਖਿਆ ਪੁੱਛੀ ਜਾਂਦੀ ਹੈ ਉਹ ਆਪਾਂ ਕੱਢ ਲਾਂਗੇ ਕਿਉਂਕਿ ਜੇਕਰ ਕੁੱਲ ਵਿਦਿਆਰਥੀ ਦਿੱਤੇ ਹੋਣਗੇ ਇਹ ਆਪਾਂ ਕੱਢ ਲਾਂਗੇ ਤੇ ਇਹਦੇ ਵਿੱਚ ਵੀ ਆਪਾਂ ਕੱਢ ਸਕਦੇ ਹਾਂ ਇਹਦੇ ਵਿੱਚ ਵੀ ਕੱਢ ਸਕਦੇ ਹਾਂ ਤੇ ਇਹਦੇ ਵਿੱਚ ਵੀ ਆਪਾਂ ਕੱਢ ਸਕਦੇ ਹਾਂ ਪਰ ਦੇਖੋ ਉੱਥੇ ਦੱਸਿਆ ਕੀ ਹੋਏਗਾ ਇਸ ਨੂੰ ਤਾਂ ਕੰਨੇ ਨੇ ਮੈਕਸਿਮਮ ਜੇਕਰ ਮੈਕਸਿਮਮ ਕਿਹਾ ਹੋਇਆ ਆਪਾਂ ਨੂੰ ਤਾਂ ਬਣਾਵਾਂਗੇ ਆਪਾਂ ਇਹ ਵਾਲਾ ਡਾਇਗਰਾਮ ਜੇਕਰ ਆਪਾਂ ਨੂੰ ਮਿਨੀਮਮ ਕਿਹਾ ਹੋਇਆ ਤਾਂ ਆਪਾਂ ਇਹ ਡਾਇਗਰਾਮ ਬਣਾਵਾਂਗੇ ਦੇਖੋ ਤੁਹਾਨੂੰ ਇਹ ਦੋਨਾਂ ਚੀਜ਼ਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ ਅੱਜ ਦੀ ਕਲਾਸ ਦੇ ਵਾਸਤੇ ਠੀਕ ਹੈ ਤਾਂ ਦੇਖੋ ਪਹਿਲੇ ਪ੍ਰਸ਼ਨ ਦੇ ਵੱਲ ਆਪਾਂ ਵਧਦੇ ਆਂਗੇ ਪਹਿਲੇ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਇੱਕ ਲਾਈਨ ਵਿੱਚ ਜਤਿਨ ਖੱਬੇ ਪਾਸੋਂ 16ਵੇਂ ਸਥਾਨ ਤੇ ਹੈ ਠੀਕ ਹੈ ਖੱਬੇ ਪਾਸੋਂ 16ਵੇਂ ਸਥਾਨ ਤੇ ਹੈ ਪਹਿਲਾਂ ਆਪਾਂ ਲਾਈਨ ਬਣਾ ਲਾਂਗੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਬਣਾਉਂਦੇ ਆਇਆ ਠੀਕ ਹੈ ਲੈਫਟ ਤੇ ਰਾਈਟ ਇਹ ਚੀਜ਼ ਆਪਾਂ ਨੇ ਲਿਖ ਲਈ ਠੀਕ ਹੈ ਖੱਬੇ ਪਾਸੋਂ 16ਵੇਂ ਸਥਾਨ ਤੇ ਸਭ ਤੋਂ ਪਹਿਲਾਂ ਦੇਖੋ ਆਹ ਡਾਇਗਰਾਮ ਬਣਾਉਂਦੇ ਹੋਏ ਆਪਾਂ ਨੇ ਧਿਆਨ ਦੇਣਾ ਹੈਗਾ ਮਿਨੀਮਮ ਕਿਹਾ ਹੋਇਆ ਇਹਨਾਂ ਨੇ ਠੀਕ ਹੈ ਮਿਨੀਮਮ ਤਾਂ ਦੇਖੋ ਜਤਿਨ ਕਿੰਵੇਂ ਸਥਾਨ ਤੇ ਆਪਾਂ ਨੂੰ ਦੱਸਿਆ ਹੋਇਆ ਹੈਗਾ ਇਹਨਾਂ ਨੇ ਅ 16ਵੇਂ ਸਥਾਨ ਤੇ ਮਿਨੀਮਮ ਦੇ ਵਿੱਚ 16ਵੇਂ ਸਥਾਨ ਤੇ ਜਦੋਂ ਆਪਾਂ ਨੂੰ ਕਿਹਾ ਹੋਇਆ ਹੈਗਾ ਤਾਂ ਆਪਾਂ ਇਸ ਤਰ੍ਹਾਂ ਜਾਵਾਂਗੇ 16ਵੇਂ ਸਥਾਨ ਤੇ ਜਤਿਨ ਨੂੰ ਆਪਾਂ ਜੇ ਲਿਖ ਲਿਆ ਠੀਕ ਹੈ ਤੇ ਸੱਜੇ ਪਾਸੇ ਸਰਿੰਦਰ 14ਵੇਂ ਸਥਾਨ ਤੇ ਸੱਜੇ ਪਾਸਾ ਇਹ ਹੋ ਗਿਆ ਸੱਜੇ ਪਾਸੋਂ 14ਵੇਂ ਸਥਾਨ ਤੇ ਆਏਗਾ ਇੱਥੇ ਆਪਾਂ ਨੇ 14ਵਾਂ ਸਥਾਨ ਇਸ ਤਰ੍ਹਾਂ ਬਣਾ ਲਿਆ ਕਿਸਤਾ ਬਣਾਇਆਗਾ ਸੁਰਿੰਦਰ ਲਿਖਿਆ ਹੋਇਆਗਾ ਤਾਂ ਆਪਾਂ ਸੁਰਿੰਦਰ ਨੂੰ ਐਸ ਲਿਖਤਾ ਇੱਥੇ ਠੀਕ ਹੈ ਉਹਨਾਂ ਦੇ ਵਿਚਕਾਰ ਪੰਜ ਮੁੰਡੇ ਬੈਠੇ ਹਨ ਇਹਨਾਂ ਦੇਖੋ ਇਹਨਾਂ ਦੋਨਾਂ ਦੇ ਵਿਚਕਾਰ ਇੱਥੇ ਪੰਜ ਮੁੰਡੇ ਬੈਠੇ ਹੋਏ ਨੇ ਠੀਕ ਹੈ ਤਾਂ ਆਪਾਂ ਨੇ ਦੱਸਣਾ ਹੈਗਾ ਕਿ ਕੁੱਲ ਮੁੰਡੇ ਕਿੰਨੇ ਨੇ ਠੀਕ ਹੈ ਮਿਨੀਮਮ ਕਿਹਾ ਤਾਂ ਆਪਾਂ ਦੇਖੋ ਇਸ ਤਰ੍ਹਾਂ ਦਾ ਡਾਇਗਰਾਮ ਬਣਾਇਆ ਕਿ ਦੋਨੋਂ ਇੱਕ ਦੂਜੇ ਨੂੰ ਕ੍ਰੋਸ ਕਰ ਰਹੇ ਨੇ ਠੀਕ ਹੈ ਇਹ ਚੀਜ਼ ਬਣਾ ਲਓਗੇ ਤਾਂ ਆਪਾਂ ਨੂੰ ਦੇਖੋ ਵਿਚਾਲੇ ਮੁੰਡਿਆਂ ਦੀ ਸੰਖਿਆ ਪਤਾ ਕਰਨ ਦੇ ਲਈ ਕਿਹਾ ਤਾਂ ਇਹਨਾਂ ਨੇ ਤਾਂ ਆਪਾਂ ਕਿਸ ਤਰ੍ਹਾਂ ਕਰਾਂਗੇ ਦੇਖੋ ਆਪਾਂ ਨੂੰ ਇਹ ਵੀ ਪਤਾ ਹੈਗਾ 16 ਤੇ 14 ਤੇ ਵਿਚਾਲੇ ਪੰਜ ਨੇ ਇਹ ਵੀ ਆਪਾਂ ਨੂੰ ਦੱਸਤਾ ਵਿਚਾਲੇ ਪੰਜ ਆਪਾਂ ਬਣਾ ਵੀ ਸਕਦੇ ਹਾਂ ਜਦੋਂ ਆਪਾਂ ਨੂੰ ਦੱਸਤਾ ਇਹਨਾਂ ਦੇ ਵਿਚਾਲੇ ਪੰਜ ਨੇ ਤਾਂ ਦੇਖੋ ਮਤਲਬ ਕਿ ਦੋ ਇੱਥੇ ਦੇਖੋ ਵਿਚਾਲੇ ਪੰਜ ਆਪਾਂ ਨੇ ਮੁੰਡੇ ਬਣਾ ਲਏ ਠੀਕ ਹੈ ਉਹਨਾਂ ਦੇ ਵਿਚਕਾਰ ਪੰਜ ਮੁੰਡੇ ਬੈਠੇ ਹੋਏ ਨੇ ਦੇਖੋ ਪੰਜ ਆਪਣੇ ਕੋਲ ਹੋ ਚੁੱਕੇ ਨੇ ਤਾਂ ਆਪਾਂ ਇਹਨਾਂ ਦਾ ਕਰ ਸਕਦੇ ਹਾਂਗੇ ਜੋੜ ਠੀਕ ਹੈ ਇਹਨਾਂ ਦਾ ਆਪਾਂ ਜੋੜ ਕਰਕੇ ਇਹਨਾਂ ਨੂੰ ਪਤਾ ਕਰ ਸਕਦੇ ਆਂ ਦੇਖੋ ਕਿਸ ਤਰ੍ਹਾਂ ਸਭ ਤੋਂ ਪਹਿਲੇ ਵਾਰ ਆਪਾਂ ਨੂੰ ਦਿੱਤਾ ਹੋਇਆਗਾ ਕੁੱਲ ਮੁੰਡੇ ਕੱਢਣ ਦੇ ਵਾਸਤੇ ਦੇਖੋ ਜੇਕਰ ਤਾਂ ਆਪਾਂ ਇਹਨਾਂ ਦਾ ਸਾਰਿਆਂ ਦਾ ਜੋੜ ਕਰ ਦਈਏ ਠੀਕ ਹੈ ਉਹਨਾਂ ਦੇ ਵਿੱਚ ਇਹ ਸਿਸਟਮ ਇਹ ਵੀ ਤਾਂ ਹੈਗਾ ਨਾ ਦੇਖੋ ਜਦੋਂ ਆਪਾਂ ਨੂੰ ਇਹ ਲਾਈਨ ਬਣੀ ਹੋਈਗੀ ਤਾਂ ਇਹ ਪੰਜ ਮੁੰਡੇ ਇੱਧਰ ਵੀ ਗਿਨੇ ਗਏ ਤੇ ਜਦੋਂ ਇਹ ਵਾਲੀ ਲਾਈਨ ਆਈ ਇਹਦਾ ਸਥਾਨ ਆਇਆ ਆਹੀ ਪੰਜ ਮੁੰਡੇ ਦੁਆਰਾ ਇੱਥੇ ਗਿਨੇ ਗਏ ਨੇ ਤਾਂ ਦੇਖੋ ਇੱਕ ਵਾਰ ਦੁਬਾਰਾ ਸਮਝੋ ਇਸ ਚੀਜ਼ ਨੂੰ ਦੇਖੋ ਜਦੋਂ ਆਪਾਂ ਨੂੰ ਸੱਜੇ ਪਾਸੋਂ ਸੁਰਿੰਦਰ ਦਾ ਸਥਾਨ ਦੱਸਿਆ ਗਿਆ ਆਹ ਮੁੰਡੇ ਤਾਂ ਚਲੋ ਗਿਨੇ ਗਏ ਇਹ ਤਾਂ ਠੀਕ ਹੈ ਤੇ ਜਿਹੜੇ ਆਹ ਵਾਲੇ ਵਿਚਾਲੇ ਪੰਜ ਵਿਦਿਆਰਥੀ ਆਪਾਂ ਨੂੰ ਦਿੱਤੇ ਹੋਏ ਸੀਗੇ ਉਹ ਪੰਜ ਵਿਦਿਆਰਥੀ ਜਦੋਂ ਆਪਾਂ ਸੁਰਿੰਦਰ ਦਾ ਸਥਾਨ ਪਤਾ ਕਰ ਰਹੇ ਸੀਗੇ ਉਹ ਪੰਜ ਵਿਦਿਆਰਥੀ ਕਿਹਨੇ ਗਏ ਉਸ ਤੋਂ ਬਾਅਦ ਦੇਖੋ ਜਦੋਂ ਆਪਾਂ ਪਤਾ ਕਰ ਰਹੇ ਸੀਗੇ ਜਤਿੰਦਰ ਦਾ ਸਥਾਨ ਇੱਥੋਂ ਖੱਬੇ ਪਾਸੋਂ ਤਾਂ ਦੇਖੋ ਉਹੀ ਪੰਜ ਮੁੰਡੇ ਦੁਬਾਰਾ ਫੇਰ ਗਏਣਗੇ ਦੁਬਾਰਾ ਫੇਰ ਗਏਣਗੇ ਤੇ ਇਹ ਆਪ ਵੀ ਤਾਂ ਦੋ ਜਾਣੇ ਦੁਬਾਰਾ ਦੁਬਾਰਾ ਗਿਨੇ ਜਾ ਰਹੇ ਨੇ ਦੇਖੋ ਇਹ ਇਸ ਦੇ ਵਿੱਚ ਗਿਣਿਆ ਗਿਆ ਜਦੋਂ ਆਪਾਂ ਨੇ ਸੁਰਿੰਦਰ ਨੂੰ ਪਤਾ ਕਰਿਆ ਤੇ ਜਦੋਂ ਜਤੈਨ ਨੂੰ ਪਤਾ ਕਰਿਆ ਇਹ ਉਹਦੇ ਵਿੱਚ ਵੀ ਗਿਣਿਆ ਗਿਆ ਠੀਕ ਹੈ ਇਹ ਚੀਜ਼ ਦੇਖੋ ਤੁਹਾਨੂੰ ਸਮਝ ਆ ਗਿਆ ਹੋਵੇਗਾ ਇੱਥੋਂ ਤੱਕ ਕਨਸੈਪਟ ਤੇ ਆਪਾਂ ਨੇ ਪਤਾ ਕਿਵੇਂ ਕਰਨਾ ਹੈਗਾ ਹੁਣ ਪਤਾ ਕਰਨ ਦੇ ਵਾਸਤੇ ਦੇਖੋ ਆਪਾਂ ਪਹਿਲਾਂ ਤਾਂ ਇਹਨਾਂ ਦੇ ਮੈਕਸਿਮਮ ਪਤਾ ਕਰਨਾ ਪਏਗਾ ਜਾਤਾ ਜੇਕਰ ਆਪਾਂ ਨੇ ਇਸ ਨੂੰ ਪਤਾ ਕਰਨਾ ਹੈਗਾ ਮੈਕਸਿਮਮ ਪਤਾ ਕਰਨਾ ਪਏਗਾ ਮੈਕਸਿਮਮ ਪਤਾ ਕਰਨ ਦੇ ਵਾਸਤੇ ਆਪਾਂ ਇਹਨਾਂ ਦਾ ਕਰਦੇ ਨੇ ਹੁਣ ਨੇਗੇ ਜੋੜ ਇਹਨਾਂ ਦਾ ਤਿੰਨਾਂ ਦਾ ਜੇਕਰ ਆਪਾਂ ਜੋੜ ਕਰ ਦਈਏ ਤਾਂ ਆਪਾਂ ਨੂੰ ਮੈਕਸਿਮਮ ਪਤਾ ਲੱਗ ਜਾਏਗਾ ਇੱਥੇ ਹੈਗਾ ਮਿਨੀਮਮ ਠੀਕ ਹੈ ਜਦੋਂ ਇਹਨਾਂ ਦਾ ਆਪਾਂ ਤਿੰਨਾਂ ਦਾ ਜੋੜ ਪਤਾ ਜੋੜ ਕਰ ਲਾਂਗੇ ਤਾਂ ਆਪਾਂ ਨੂੰ ਮੈਕਸਿਮਮ ਪਤਾ ਲੱਗ ਜਾਏਗਾ ਇਹਨਾਂ ਦਾ ਤਿੰਨਾਂ ਦਾ ਜੋੜ ਕਰਨ ਤੇ ਦੇਖੋ ਜੋੜ ਕਰਕੇ ਕਿੰਨਾ ਆਏਗਾ 16 ਤੇ 14 16 ਤੇ 14 ਦਾ ਜਦੋਂ ਆਪਾਂ ਨੇ ਜੋੜ ਕੀਤਾ 30 ਤੇ 5 35 ਆਪਣੇ ਕੋਲ ਮੈਕਸਿਮਮ ਜਦੋਂ ਆਪਾਂ ਨੂੰ ਕਿਹਾ ਕੁੱਲ ਇੱਥੇ ਮਿਨੀਮਮ ਸੀਗਾ ਮੈਕਸਿਮਮ ਆਪਾਂ ਨੇ ਪਹਿਲਾਂ ਪਤਾ ਕਰਨਾ ਪਏਗਾ ਜੇਕਰ ਆਪਾਂ ਨੇ ਪਤਾ ਕਰਨਾ ਹੋਵੇਗਾ ਮਿਨੀਮਮ ਠੀਕ ਹੈ ਤਾਂ ਮੈਕਸਿਮਮ ਮੈਕਸਿਮਮ ਆਪਣਾ ਆ ਗਿਆ 35 ਠੀਕ ਹੈ ਮੈਕਸਿਮਮ ਜੇਕਰ ਪਤਾ ਕਰਨਾ ਹੁੰਦਾ ਤਾਂ ਆਪਣਾ 35 ਆਨਸਰ ਆਉਣਾ ਸੀਗਾ ਇਸ ਦਾ ਤੇ ਹੁਣ ਮਿਨੀਮਮ ਇਸ ਤੋਂ ਕਿਵੇਂ ਪਤਾ ਕਰਾਂਗੇ ਦੇਖੋ ਵਿਚਾਲੇ ਪੰਜ ਵਿਦਿਆਰਥੀਆਂ ਦੀ ਸੰਖਿਆ ਆਪਾਂ ਨੂੰ ਕਿਹਾ ਹੋਇਆ ਹੈ ਵਿਚਾਲੇ ਪੰਜ ਵਿਦਿਆਰਥੀਆਂ ਦੀ ਜਿਹੜੀਆਂ ਦੀ ਆਪਾਂ ਨੂੰ ਸੰਖਿਆ ਕਿਹਾ ਹੋਇਆ ਹੈ ਦੇਖੋ ਆਹ ਵਾਲੇ ਜਿਹੜੇ ਪੰਜ ਵਿਦਿਆਰਥੀ ਸੀਗੇ ਵਿਚਾਲੇ ਵਾਲੇ ਆਪਾਂ ਨੇ ਕਿੰਨੇ ਵਾਰ ਗਿਣੇ ਇਹ ਦੋ ਵਾਰ ਗਿਣੇ ਦੇਖੋ ਇੱਕ ਵਾਰ ਤਾਂ ਜਦੋਂ A ਦਾ ਸਥਾਨ ਪਤਾ ਕਰ ਰਹੇ ਸੀਗੇ ਤੇ ਇੱਕ ਵਾਰ ਜਦੋਂ ਆਪਾਂ B ਦਾ ਸਥਾਨ ਪਤਾ ਕਰ ਰਹੇ ਸੀਗੇ ਮਤਲਬ ਕਿ ਜਦ ਤਿੰਨ ਦਾ ਸਥਾਨ ਤੇ ਸਰਿੰਦਰ ਦਾ ਸਥਾਨ ਜਦੋਂ ਪਤਾ ਕੀਤਾ ਦੋਨੋਂ ਵਾਰ ਆਪਾਂ ਨੇ ਇਸ ਨੂੰ ਪਤਾ ਆਪਾਂ ਨੇ ਸੰਖਿਆ ਨੂੰ ਗਿਣਿਆਗਾ 40 ਨੂੰ ਠੀਕ ਹੈ ਤਾਂ ਜਿਹੜੇ ਇਹ ਪੰਜ ਦਿੱਤੇ ਹੋਏ ਸੀਗੇ ਦੋ ਵਾਰ ਗਿਨੇ ਗਏ ਜਾਂ ਤਾਂ ਐਂ ਕਰੋ ਇਸੇ ਸੰਖਿਆ ਨੂੰ ਪੰਜ ਦੇ ਵਿੱਚ ਪੰਜ ਜੋੜ ਦੋ ਕਿਉਂਕਿ ਦੋ ਵਾਰ ਗਿਨੇ 10 ਹੋ ਜਾਏਗਾ ਤੇ ਜਾਂ ਫਿਰ ਤੁਸੀਂ ਐਂ ਕਰੋ ਪੰਜ ਨੂੰ ਕਰ ਲਓ ਦੋ ਦੇ ਨਾਲ ਗੁਣਾ ਪੰਜ ਨੂੰ ਦੋ ਦੇ ਨਾਲ ਗੁਣਾ ਕਰ ਲਓ 10 ਆ ਜਾਏਗਾ ਠੀਕ ਹੈ ਇਹ ਤਾਂ ਹੋ ਗਿਆ ਉਸ ਤੋਂ ਬਾਅਦ ਦੇਖੋ ਤੁਹਾਨੂੰ ਦੱਸਿਆ ਕੀ ਸੀਗਾ ਕਿ ਇੱਕ ਵਾਰ ਤਾਂ ਦੇਖੋ ਸੁਰਿੰਦਰ ਆਪ ਵੀ ਤਾਂ ਗਿਣਿਆ ਗਿਆ ਜਦੋਂ ਆਪਾਂ ਨੇ ਉਸ ਦਾ ਸਥਾਨ ਪਤਾ ਕੀਤਾ ਸੀਗਾ ਅ ਚਤਿੰਦ ਦਾ ਸਥਾਨ ਪਤਾ ਕੀਤਾ ਸੀਗਾ ਤੇ ਜਦੋਂ ਆਪਾਂ ਨੇ ਸੁਰਿੰਦਰ ਦਾ ਸਥਾਨ ਪਤਾ ਕੀਤਾ ਸੀਗਾ ਉਦੋਂ ਜਤਿੰ ਨੇ ਗਿਣਿਆ ਗਿਆ ਸੀਗਾ ਤਾਂ ਇਸ ਦੇ ਵਿੱਚ ਅ ਗਿਣਿਆ ਜਾਣਾ ਹੈਗਾ ਗਿਣਿਆ ਜਾਣਾ ਹੈਗਾ ਠੀਕ ਹੈ ਤਾਂ ਆਪਾਂ ਦੇਖੋ ਇਸ ਦੇ ਵਿੱਚ ਇਹ ਵੀ ਜੋੜ ਦੋ ਦੋ ਤਾਂ ਆਪਣੇ ਕੋਲ ਦੇਖੋ ਇੱਥੋਂ ਤੱਕ ਕਿੰਨਾ ਆ ਗਿਆ ਆਪਣੇ ਕੋਲ 12 ਇਹ ਚੀਜ਼ ਨੂੰ ਸੋਲਵ ਕਰਕੇ 12 ਆ ਗਿਆ ਹੁਣ ਆ ਜਿਹੜਾ ਆਪਣਾ ਕੋਲ 12 ਬਣ ਗਿਆ ਇਸ 12 ਨੂੰ ਆਪਾਂ ਨੇ 35 ਦੇ ਵਿੱਚੋਂ ਘਟਾ ਦੇਣਾਗਾ 12 ਨੂੰ 35 ਦੇ ਵਿੱਚੋਂ ਆਪਾਂ ਨੇ ਘਟਾ ਦੇਣਾਗਾ 12 ਨੂੰ ਜਦੋਂ ਆਪਾਂ 35 ਦੇ ਵਿੱਚੋਂ ਘਟਾਵਾਂਗੇ ਤਾਂ ਆਪਣਾ ਆਨਸਰ ਆ ਜਾਏਗਾ 23 ਠੀਕ ਹੈ 23 ਇਸ ਦੇ ਵਿੱਚ ਜਿਹੜੇ ਲਾਈਨ ਦੇ ਵਿੱਚ ਕੁੱਲ ਬੱਚੇ ਨੇਗੇ ਜਿਹੜੇ ਉਹ 23 ਬੱਚੇ ਨੇਗੇ ਇਸ ਦੇ ਵਿੱਚ ਇਸ ਲਾਈਨ ਦੇ ਵਿੱਚ ਲੈਫਟ ਤੋਂ ਰਾਈਟ ਜਿੱਥੋਂ ਤੱਕ ਵੀ ਇਹ ਲਾਈਨ ਬਣਦੀ ਸੀ ਦੇਖੋ ਇੱਥੋਂ ਲੈ ਕੇ ਇੱਥੋਂ ਤੱਕ ਸਾਰੇ 23 ਬੱਚੇ ਨੇ ਇਸ ਲਾਈਨ ਦੇ ਵਿੱਚ ਦੇਖੋ ਦੁਬਾਰਾ ਤੁਹਾਨੂੰ ਹੋਰ ਤਰੀਕੇ ਦੇ ਨਾਲ ਆਪਾਂ ਦੱਸਦੇ ਆ ਕਿ ਕਿਸ ਤਰ੍ਹਾਂ ਆਪਾਂ ਪਤਾ ਕਰ ਸਕਦੇ ਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਡਾਇਗਰਾਮ ਬਣਾ ਲੈਨੇਗਾ ਡਾਇਗਰਾਮ ਬਣਾ ਲੈਨੇਗਾ ਲੈਫਟ ਤੋਂ ਤੇ ਰਾਈਟ ਤੋਂ ਆਪਾਂ ਨੇ ਉਹਨਾਂ ਦੀ ਪੋਜੀਸ਼ਨਾਂ ਲਿਖ ਲੈਣੀਆਂ ਨੇਗੀਆਂ ਕਿਹੜੇ ਰੈਂਕ ਤੇ ਵਿਦਿਆਰਥੀ ਬੈਠਾ ਹੋਇਆਗਾ ਲਿਖ ਕੇ ਉਸ ਤੋਂ ਬਾਅਦ ਆਪਾਂ ਨੂੰ ਕਿਹਾ ਸੀਗਾ ਉਹਨਾਂ ਦੇ ਵਿਚਕਾਰ ਪੰਜ ਵਿਦਿਆਰਥੀ ਨੇ ਉਹ ਪੰਜ ਵਿਦਿਆਰਥੀ ਵੀ ਆਪਾਂ ਨੇ ਲਿਖ ਲੈ ਠੀਕ ਹੈ ਇਹ ਚੀਜ਼ ਬਣਾ ਲਈ ਤਾਂ ਹੁਣ ਤੁਸੀਂ ਦੇਖੋ ਧਿਆਨ ਦੇ ਨਾਲ 14ਵੇਂ ਸਥਾਨ ਦੇ ਉੱਤੇ ਦੇਖੋ 14ਵੇਂ ਸਥਾਨ ਦੇ ਉੱਤੇ ਜਦੋਂ ਸੋਰੇਂਦਰ ਬੈਠਾ 14ਵੇਂ ਸਥਾਨ ਤੇ ਤਾਂ ਆਪਾਂ ਇਹਨਾਂ ਦੀ ਗਿਣਤੀ ਕਰ ਸਕਦੇ ਹਾਂ 14ਵਾਂ ਸੋਰੇਂਦਰ 13 12 11 10 9 8 ਮਤਲਬ ਕਿ ਸੱਜੇ ਪਾਸੋਂ ਜੇਕਰ ਆਪਾਂ ਧਿਆਨ ਦਈਏ ਤਾਂ ਜਿੱਥੇ ਨਾ ਹੈਗਾ ਜਿਹੜਾ ਠੀਕ ਹੈ ਦੇਖੋ 8 ਇੱਥੇ ਆ ਗਿਆ 8 ਦੇਖੋ ਦੁਬਾਰਾ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਜ਼ੂਮ ਕਰਕੇ ਦੇਖੋ 14ਵੇਂ ਨੰਬਰ ਤੇ ਦੇਖੋ ਸੱਜੇ ਪਾਸੋਂ ਜਦੋਂ ਇਸ ਪਾਸੇ ਤੋਂ ਆਪਾਂ ਨੇ ਗਿਣਨਾ ਸਟਾਰਟ ਕੀਤਾ ਹੈਗਾ 14ਵੇਂ ਨੰਬਰ ਤੇ ਸੁਰਿੰਦਰ ਬੈਠਾ ਹੈ ਤਾਂ ਇਹ ਵਾਲਾ ਵਿਦਿਆਰਥੀ 13ਵੇਂ ਤੇ ਹੋਏਗਾ 12 11 10 9 8 ਜਿਹੜਾ ਜਿੱਤੇਗਾ ਜਦੋਂ ਆਪਾਂ ਸੱਜੇ ਪਾਸੋਂ ਧਿਆਨ ਦਿੰਨੇ ਆ ਤਾਂ ਉਹ 14ਵੇਂ ਨੰਬਰ ਤੇ ਆਪਾਂ ਨੂੰ ਦੇਖੋ ਬੈਠਿਆ ਹੋਇਆ ਦਿਖਾਈ ਦੇਗਾ ਸੌਰੀ 8ਵੇਂ ਨੰਬਰ ਤੇ ਇਧਰੋਂ ਆਪਾਂ ਗਿਣਨਾ ਸਟਾਰਟ ਕੀਤਾ ਹੈ ਨਾ 14 13 12 11 10 9 8 8 ਦੇਖੋ ਆਪਾਂ ਨੂੰ ਇੱਥੇ ਵਾਲਾ ਆਹ ਵਾਲਾ ਪੁਆਇੰਟ ਮਿਲ ਗਿਆ 8 ਮਤਲਬ ਕਿ 7 ਵਿਦਿਆਰਥੀ ਇੱਧਰ ਬੈਠੇ ਹੋਏ ਹੈਗੇ ਨੇ ਹੋਰ ਆਪਾਂ ਨੂੰ ਜਤਨ ਦਾ 8 ਨੰਬਰ ਸਥਾਨ ਮਿਲ ਗਿਆ ਠੀਕ ਹੈ ਦੇਖੋ ਆਪਾਂ ਨੇ ਪਿਛਲੀਆਂ ਕਲਾਸਾਂ ਦੇ ਵਿੱਚ ਕੀ ਕੀਤਾ ਸੀਗਾ ਆਪਾਂ ਨੂੰ ਲਾਈਨ ਦਿੱਤੀ ਹੁੰਦੀ ਸੀਗੀ ਉਸ ਦੇ ਵਿੱਚ ਵਿਦਿਆਰਥੀ ਦਾ ਆਪਾਂ ਨੂੰ ਖੱਬੇ ਪਾਸੋਂ ਸਥਾਨ ਦੱਸ ਦਿੱਤਾ ਜਾਂਦਾ ਸੀਗਾ ਤੇ ਸੱਜੇ ਪਾਸੋਂ ਵੀ ਸਥਾਨ ਦੱਸ ਦਿੱਤਾ ਜਾਂਦਾ ਸੀਗਾ ਖੱਬੇ ਪਾਸੋਂ ਤੇ ਸੱਜੇ ਪਾਸੋਂ ਦੋਨੇ ਪਾਸੋਂ ਸਥਾਨ ਦੱਸ ਦਿੱਤਾ ਜਾਂਦਾ ਸੀਗਾ ਤੇ ਆਪਾਂ ਉਹਨਾਂ ਦਾ ਦੋਨਾਂ ਦਾ ਜੋੜ ਕਰਕੇ ਦੋਨਾਂ ਦਾ ਜੋੜ ਕਰਕੇ ਆਪਾਂ ਉਸ ਦਾ ਸਥਾਨ ਪਤਾ ਕਰਦੇ ਹੁੰਦੇ ਸੀਗੇ ਠੀਕ ਹੈ ਦੋਨਾਂ ਦਾ ਆਪਾਂ ਸਥਾਨ ਪਤਾ ਕਰਦੇ ਹੁੰਦੇ ਸੀਗੇ ਤਾਂ ਉਸੇ ਤਰੀਕੇ ਦੇ ਨਾਲ ਆਪਾਂ ਨੇ ਇਸ ਨੂੰ ਸੋਲਵ ਕਰਨੇਗਾ ਦੇਖੋ ਹੁਣ 8 ਆਪਾਂ ਨੂੰ ਪਤਾ ਲੱਗ ਗਿਆ 8ਵਾਂ ਸਥਾਨ ਉਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਜੋੜ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜੋੜ ਕਰ ਲਾਂਗੇ ਆਹ ਸੌਰੀ 16ਵਾਂ ਦੇਖੋ ਪੋਜੀਸ਼ਨ ਆਪਾਂ ਨੂੰ 16 ਦਿੱਤੀ ਹੋਈ ਹੈਗੀ ਦੇਖੋ ਆਪਾਂ ਨੂੰ ਇਧਰੋਂ ਪਤਾ ਲੱਗ ਗਿਆ 14ਵਾਂ ਠੀਕ ਹੈ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ ਤੇ ਇਸ ਤਰੀਕੇ ਦੇ ਨਾਲ ਵੀ ਆਪਾਂ ਪਤਾ ਕਰ ਸਕਦੇ ਹਾਂ ਇਧਰ ਦੇਖੋ ਸੱਤ ਬੈਠੇ ਹੋਏ ਨੇ ਦੇਖੋ ਇੱਥੇ ਸੱਤ ਬੈਠੇ ਹੋਏ ਨੇ ਤਾਂ ਆਪਾਂ 8ਵਾਂ ਨੰਬਰ ਇਸ ਦਾ ਜਤਿੰਦਰ 8ਵਾਂ ਨੰਬਰ ਆਪਾਂ ਨੇ ਲਿਖ ਲਿਆ ਠੀਕ ਹੈ ਦੇਖੋ ਇਥੋਂ ਲੈ ਕੇ ਇੱਥੇ ਤੱਕ 8 ਹੋ ਗਏ ਤੇ ਇਥੋਂ ਲੈ ਕੇ ਇੱਥੇ ਤੱਕ 16 ਹੋ ਰਹੇ ਨੇ ਦੇਖੋ ਇਥੋਂ ਲੈ ਕੇ ਇੱਥੇ ਤੱਕ 16 ਹੋ ਰਹੇ ਨੇ 8 ਤੇ 16 ਹੋ ਗਏ ਆਪਣੇ ਕੋਲ 8 ਤੇ 16 ਨੂੰ ਜਦੋਂ ਆਪਾਂ ਜੋੜਾਂਗੇ 8 ਤੇ 16 ਨੂੰ ਆਪਾਂ ਜਦੋਂ ਜੋੜਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ 24 ਦੇਖੋ ਹੁਣ ਜਿਹੜਾ ਜਤਿੰਨ ਸੀਗਾ ਉਹ ਖੱਬੇ ਪਾਸੋਂ ਵੀ ਗਿਣਿਆ ਗਿਆ ਸੱਜੇ ਪਾਸੋਂ ਵੀ ਗਿਣਿਆ ਗਿਆ ਖੱਬੇ ਪਾਸੋਂ ਵੀ ਤੇ ਸੱਚੇ ਪਾਸੋਂ ਵੀ ਤਾਂ ਆਪਾਂ ਨੇ ਕੀ ਕਰਨਾ ਹੈਗਾ ਉਸ ਦੇ ਵਿੱਚੋਂ 24 ਦੇ ਵਿੱਚੋਂ 1 ਘਟਾ ਦੇਣਾ ਹੈਗਾ ਤਾਂ ਆਪਣੇ ਕੋਲ 23 ਇਸ ਤਰ੍ਹਾਂ ਅਨਸਰ ਨਿਕਲ ਕੇ ਸਾਹਮਣੇ ਆ ਜਾਏਗਾ ਸੋ ਜੇਕਰ ਤੁਹਾਨੂੰ ਸਮਝ ਨਹੀਂ ਆਇਆ ਤਾਂ ਦੇਖੋ ਇੱਕ ਵਾਰ ਆਪਾਂ ਦੁਬਾਰਾ ਰਿਪੀਟ ਕਰਦੇ ਹਾਂ ਕਿ ਆਪਾਂ ਨੇ ਜਿਹੜੇ ਪਹਿਲਾਂ ਤਾਂ ਉਹਨਾਂ ਦੀ ਪੋਜੀਸ਼ਨਾਂ ਲਿਖ ਲੈਣੀਆਂ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਦਿੱਤਾ ਹੋਇਆ ਮਿਨੀਮਮ ਦੇਖ ਲਾਂਗੇ ਆਪਾਂ ਉਸ ਤਰ੍ਹਾਂ ਡਾਇਗਰਾਮ ਬਣਾ ਲਾਂਗੇ ਠੀਕ ਹੈ ਉਸ ਤੋਂ ਬਾਅਦ ਪੰਜ ਵਿਦਿਆਰਥੀ ਦਿੱਤੇ ਹੋਏ ਸੀਗੇ ਉਹ ਪੰਜ ਵਿਦਿਆਰਥੀਆਂ ਦੇ ਨਾਲ ਹਾਂ ਜੇਕਰ ਆਪਾਂ ਇਸ ਤਰ ਦੇਖੋ ਇੱਥੇ 16 ਸੀਗਾ 16 ਤੋਂ ਬਾਅਦ 15 14 13 12 11 10 ਇਸ ਤਰ੍ਹਾਂ ਬਣਾ ਕੇ ਵੀ ਆਪਾਂ ਪੋਜੀਸ਼ਨਾਂ ਪਤਾ ਕਰ ਸਕਦੇ ਸੀਗੇ ਠੀਕ ਹੈ ਨੌ ਵਿਦਿਆਰਥੀ ਜਿਵੇਂ ਕਿ ਜਿੰਨੇ ਵੀ ਇਧਰ ਬੱਚਣਗੇ ਉਸ ਤਰੀਕੇ ਦੇ ਨਾਲ ਵੀ ਆਪਾਂ ਪਤਾ ਕਰ ਸਕਦੇ ਸੀਗੇ ਪਿਛਲੇ ਦੇ ਨਾਲ ਦੇਖੋ 35 ਆ ਗਿਆ ਸੀਗਾ ਮੈਂ ਮੈਕਸਿਮਮ 35 ਦੇ ਵਿੱਚੋਂ 12 ਘਟਾਏ ਸੀਗੇ ਜਦੋਂ ਆਪਾਂ ਨੇ 23 ਅਨਸਰ ਆ ਗਿਆ ਸੀਗਾ ਇਸ ਤਰੀਕੇ ਦੇ ਨਾਲ ਵੀ ਆਪਣਾ 23 ਅਨਸਰ ਆ ਰਿਹਾ ਹੈਗਾ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵੱਧਦੇ ਹਾਂ ਇੱਕ ਲਾਈਨ ਵਿੱਚ ਉਦੇ ਵੀਰ ਖੱਬੇ ਪਾਸੋਂ 21ਵੇਂ ਸਥਾਨ ਤੇ ਹੈ ਠੀਕ ਹੈ ਇੱਕ ਲਾਈਨ ਦੇ ਵਿੱਚ ਮੈਕਸਿਮਮ ਕਿ ਹੈਗਾ ਇਹਨਾਂ ਨੇ ਦੇਖੋ ਤਾਂ ਆਪਾਂ ਨੂੰ ਓਵਰਲੈਪਿੰਗ ਦੀ ਕੋਈ ਦੇਖੋ ਇਹਨਾਂ ਨੂੰ ਆਪਾਂ ਨਹੀਂ ਕੱਟਣਾ ਦੇਖੋ ਇਹਨਾਂ ਨੂੰ ਆਪਾਂ ਨੇ ਕ੍ਰੋਸ ਇਸ ਤਰ੍ਹਾਂ ਨਹੀਂ ਕਰਨਾ ਮੈਕਸਿਮਮ ਕਿ ਹੈ ਨਾ ਤਾਂ 21ਵੇਂ ਸਥਾਨ ਤੇ ਹੈਗਾ ਦੇਖੋ ਉਦੇਵੀਰ ਇਧਰੋਂ 21ਵੇਂ ਸਥਾਨ ਤੇ ਹੈ ਖੱਬੇ ਪਾਸੋਂ 21ਵੇਂ ਸਥਾਨ ਤੇ ਉਦੇਵੀਰ ਨੂੰ ਆਪਣੇ ਯੂ ਲਿਖ ਲਿਆ ਠੀਕ ਹੈ ਉਸ ਤੋਂ ਬਾਅਦ ਸੱਜੇ ਪਾਸੋਂ ਦਿਲਪ੍ਰੀਤ 18ਵੇਂ ਸਥਾਨ ਤੇ ਹੈ ਸੱਜੇ ਪਾਸੋਂ ਦਿਲਪ੍ਰੀਤ 18ਵੇਂ ਸਥਾਨ ਤੇ ਹੈ ਇਸ ਨੂੰ ਲਿਖ ਲਿਆ ਆਪਣੇ ਡੀ ਠੀਕ ਹੈ ਅਤੇ ਉਹਨਾਂ ਦੇ ਵਿਚਕਾਰ ਸੱਤ ਹੋਰ ਮੁੰਡੇ ਬੈਠੇ ਨੇ ਦੋਨਾਂ ਦੇ ਵਿਚਕਾਰ ਦੇਖੋ ਸੱਤ ਮੁੰਡੇ ਹੋਰ ਬੈਠੇ ਹੋਏ ਨੇ ਵਿਚਕਾਰ ਇੱਕ ਬੱਚਾ ਆਪਣੇ ਲਿਖ ਲਿਆ ਤੇ ਤਿੰਨ ਇਧਰ ਹੋਣਗੇ ਤਿੰਨ ਇਧਰ ਹੋਣਗੇ ਸੱਤ ਕਿ ਹੈ ਨਾ ਇਹਨਾਂ ਨੇ ਤਾਂ ਦੇਖੋ 1 2 3 1 2 3 ਤਾਂ ਦੇਖੋ ਇਹ ਸੱਤ ਵਿਦਿਆਰਥੀ ਹੋ ਚੁੱਕੇ ਨੇ ਜਿਹੜੇ ਕਿ ਇਹਨਾਂ ਦੇ ਵਿਚਕਾਰ ਬੈਠੇ ਹੋਏ ਨੇ ਠੀਕ ਹੈ ਤਾ ਮੁੰਡਿਆਂ ਦੀ ਆਪਾਂ ਨੇ ਉਹਨਾਂ ਦੀ ਸਾਰਿਆਂ ਦੀ ਸੰਖਿਆ ਪਤਾ ਕਰਨੀ ਹੈ ਮੈਕਸਿਮਮ ਕੀ ਹੈ ਆਪਾਂ ਨੇ ਇਸ ਤਰ੍ਹਾਂ ਦਾ ਡਾਇਗਰਾਮ ਇੱਕ ਵਾਰ ਇਹਨਾਂ ਦਾ ਬਣਾ ਲਿਆ ਕਿਸ ਤਰ੍ਹਾਂ ਦੇਖੋ ਆਪਾਂ ਪਤਾ ਕਰਾਂਗੇ ਇਹਨਾਂ ਨੂੰ ਇਸ ਨੂੰ ਪਤਾ ਕਰਨ ਦੇ ਵਾਸਤੇ ਮੈਕਸਿਮਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ 7 ਵਿਦਿਆਰਥੀ ਤਾਂ ਹੈਗੇ ਨੇ ਇਹ ਤੁਹਾਨੂੰ ਦੱਸਿਆ ਸੀਗਾ 7 ਤਾਂ ਇਹ ਹੋ ਗਏ ਤੇ 21 ਮਾ ਸਥਾਨ ਇਸ ਦਾ ਹੋ ਗਿਆ ਉਹਦੇ ਵੀਰ ਦਾ ਤੇ 18ਵਾਂ ਸਥਾਨ ਇਸ ਦਾ ਹੋ ਗਿਆ ਇਹਨਾਂ ਦਾ ਆਪਾਂ ਨੇ ਸਾਰਿਆਂ ਦਾ ਜੋੜ ਕਰ ਦੇਣਾਗਾ ਤਾਂ ਆਪਣਾ ਮੈਕਸਿਮਮ ਨਿਕਲ ਕੇ ਸਾਹਮਣੇ ਆ ਜਾਏਗਾ ਠੀਕ ਹੈ ਮੈਕਸिमम ਆਪਣਾ ਨਿਕਲ ਕੇ ਸਾਹਮਣੇ ਆ ਜਾਏਗਾ ਦੇਖੋ 28 ਤੇ 18 28 ਤੇ 18 ਜਦੋਂ ਆਪਾਂ ਜੋੜਾਂਗੇ ਤਾਂ ਆਪਣੇ ਕੋਲ 46 ਇਸਦਾ ਆਨਸਰ ਆ ਜਾਏਗਾ 46 ਬੱਚੇ ਦੇਖੋ ਇਸ ਦੇ ਵਿੱਚ ਬਣਨਗੇ ਦੇਖੋ ਕਿਸ ਤਰ੍ਹਾਂ ਆਪਾਂ ਨੇ ਕਿਉਂ ਜੋੜਤਾ ਇਹਨਾਂ ਦੇ ਵਿੱਚੋਂ ਇੱਕ ਜੋੜਿਆ ਜਾਂ ਇੱਕ ਵਧਾਇਆ ਕਿਉਂ ਨਹੀਂ ਜੇਕਰ ਇਧਰੋਂ ਆਪਾਂ ਗਿਣਨ ਲੱਗਦੇ ਆ ਤਾਂ 21ਵਾਂ ਬਣਦਾ ਹੈਗਾ ਇੱਥੋਂ ਦੇਖੋ 21 22 ਦੇਖੋ 22 23 24 25 26 27 28 ਠੀਕ ਹੈ 28 28 ਇਹ ਬਣ ਦੇਗਾ ਮਤਲਬ ਕਿ 7 ਜੋੜ ਕੇ ਦੇਖੋ ਆਪਾਂ ਨੇ ਤੁਹਾਨੂੰ ਦੱਸਿਆ ਸੀਗਾ 28 ਇਹ ਤਾਂ 28 ਬਣ ਗਏ ਤਾਂ ਉਸ ਤੋਂ ਬਾਅਦ ਦੇਖੋ 18 ਬੱਚੇ ਇੱਧਰ ਬੈਠੇ ਹੋਏ ਨੇ ਦੇਖੋ 17 ਤਾਂ ਇਹ ਹੋਣਗੇ 18ਵਾਂ ਇਹ ਆਪ ਹੋਏਗਾ ਦੇਖੋ ਦਿਲਪ੍ਰੀਤਾ ਤਾਂ 18 ਆਪਾਂ ਨੇ ਇਸ ਦੇ ਵਿੱਚ ਜੋੜਤਾ ਆਪਣਾ ਇਸ ਦਾ ਆਨਸਰ ਆ ਗਿਆ 46 ਜਦੋਂ ਆਪਾਂ ਇਹਨਾਂ ਦਾ ਇਸ ਤਰੀਕੇ ਦੇ ਨਾਲ ਜੋੜ ਕੀਤਾ ਮੈਕਸਿਮਮ ਦੇ ਵਿੱਚ ਤੁਸੀ ਨੇ ਸਿੰਪਲ ਬਸ ਉਹਨਾਂ ਦਾ ਜੋੜ ਹੀ ਕਰਨਾ ਹੋਵੇਗਾ ਉਸ ਤੋਂ ਬਾਅਦ ਦੇਖੋ ਇੱਕ ਲਾਈਨ ਦੇ ਵਿੱਚ ਜ ਤਿੰਨ 16ਵਾਂ ਸਥਾਨ ਤੇ ਹੈਗਾ ਖੱਬੇ ਪਾਸੋਂ ਪਿਛਲਾ ਜਿਹੜਾ ਆਪਾਂ ਸਵਾਲ ਕਰਕੇ ਹਟਿਆ ਉਹਦੇ ਵਿੱਚ ਮਿਨੀਮਮ ਸੀਗਾ ਇੱਥੇ ਮੈਕਸਿਮਮ ਆ ਰਿਹਾ ਸਵਾਲ ਸਾਰਾ ਕੁਝ ਉਹੀ ਹੈ ਇਹਦੇ ਵਿੱਚ ਤਾਂ ਦੇਖੋ ਆਪਾਂ ਨੇ ਕੀ ਕਰਨਾ ਹੈ ਮੈਕਸਿਮਮ ਕਿਹ ਹੈ ਤਾਂ ਇਧਰੋਂ ਹੋਏਗਾ 16ਵੇਂ ਤੇ ਤੇ ਇਧਰੋਂ ਹੋਏਗਾ 14ਵੇਂ ਤੇ ਠੀਕ ਹੈ ਇੱਥੇ ਇਸ ਦਾ ਨਾਂ ਜੇ ਤੇ ਇਸ ਦਾ ਨਾਂ ਹੋਏਗਾ ਆਪਣਾ ਐਸ ਠੀਕ ਹੈ ਤਾਂ ਇਹਨਾਂ ਦੇ ਵਿਚਕਾਰ ਦੇਖੋ ਪੰਜ ਮੁੰਡੇ ਹੋਰ ਬੈਠੇ ਹੋਏ ਨੇ ਤਾਂ ਆਪਾਂ ਨੇ ਕੀ ਕਰਨਾ ਹੈਗਾ ਇਹਨਾਂ ਦਾ ਕਰਨਾ ਹੈਗਾ ਜੋੜ ਜੋੜ ਕਰਕੇ ਆਪਣਾ 35 ਅਨਸਰ ਆ ਗਿਆ ਸੀਗਾ ਇਹ ਆਪਣਾ ਇਸ ਦਾ ਅਨਸਰ ਹੋਏਗਾ ਦੇਖੋ 16 ਤੇ 14 16 ਤੇ 14 ਜਦੋਂ ਆਪਾਂ ਇਹਨਾਂ ਦਾ ਜੋੜ ਕਰਾਂਗੇ ਤਾਂ ਆਪਣੇ ਕੋਲ ਹੋ ਜਾਏਗਾ 20 30 ਤੇ 35 35 ਆਪਣਾ ਇਸ ਦਾ ਅਨਸਰ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਆਪਾਂ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਹਾਂ ਇੱਕ ਲਾਈਨ ਦੇ ਵਿੱਚ ਉਦੇਵੀਰ ਪਿਛਲੇ ਸਵਾਲ ਦਾ ਮਿਨੀਮਮ ਕੱਢਣਾ ਹੈਗਾ ਪਿਛਲੇ ਦਾ ਜਿਵੇਂ ਕਿ ਆਪਾਂ ਮੈਕਸਿਮਮ ਕੱਢ ਕੇ ਹਟਿਆ ਉਦੇਵੀਰ ਵਾਲੇ ਦਾ ਇੱਕ ਲਾਈਨ ਦੇ ਵਿੱਚ ਉਦੇਵੀਰ ਖੱਬੇ ਪਾਸੋਂ 21ਵੇਂ ਸਥਾਨ ਤੇ ਹੈ ਮਿਨੀਮਮ ਕੱਢਣ ਦੇ ਵਾਸਤੇ ਆਪਾਂ ਕਰਾਂਗੇ ਇਹਨਾਂ ਨੂੰ ਕ੍ਰੋਸ ਠੀਕ ਹੈ ਉਦੇਵੀਰ ਖੱਬੇ ਪਾਸੋਂ 21ਵੇਂ ਸਥਾਨ ਤੇ ਖੱਬੇ ਪਾਸੋਂ 21ਵੇਂ ਸਥਾਨ ਤੇ ਇੱਥੇ ਆ ਜਾਏਗਾ 21 ਯੂ ਠੀਕ ਹੈ ਤੇ ਸੱਜੇ ਪਾਸੋਂ ਦਿਲਪ੍ਰੀਤ 18ਵੇਂ ਸਥਾਨ ਤੇ ਹੈ ਦਿਲਪ੍ਰੀਤ 18ਵੇਂ ਸਥਾਨ ਤੇ ਇੱਥੇ ਲਿਖ ਲਾਂਗੇ 18 ਡੀ ਠੀਕ ਹੈ ਪਹਿਲਾਂ ਆਪਾਂ ਨੇ ਕ੍ਰੋਸ ਨਹੀਂ ਕੀਤਾ ਸੀਗਾ ਇਸ ਵਾਰ ਆਪਾਂ ਇਹਨਾਂ ਨੂੰ ਕ੍ਰੋਸ ਕਰ ਰਹੇ ਹਾਂ ਤੇ ਉਹਨਾਂ ਦੇ ਵਿਚਕਾਰ ਸੱਤ ਹੋਰ ਮੁੰਡੇ ਬੈਠੇ ਹੋਏ ਹਨ ਤਾਂ ਕੁੱਲ ਮੁੰਡਿਆਂ ਦੀ ਆਪਾਂ ਨੇ ਸੰਖਿਆ ਪਤਾ ਕਰਨੀ ਹੈਗੀ ਦੇਖੋ ਸੱਤ ਆਪਾਂ ਨੇ ਇਹਨਾਂ ਦੇ ਵਿਚਾਲੇ ਕਿਹਾ ਸੀਗਾ ਉਸੇ ਤਰ੍ਹਾਂ ਆਪਾਂ ਪਹਿਲਾਂ ਵਾਂਗੂ ਲਿਖ ਸਕਦੇ ਹਾਂ ਸੱਤ 1 2 3 ਦੇਖੋ ਤਿੰਨ ਵਿਦਿਆਰਥੀ ਇਹ ਹੋ ਗਏ 3a ਹੋ ਗਏ 6 ਤੇ ਵਿਚਾਲੇ 7 ਮਤਲਬ ਕਿ ਆ ਦੇਖੋ 7 ਵਿਦਿਆਰਥੀ ਆਪਣੇ ਕੋਲ ਇੱਥੇ ਹੋ ਚੁੱਕੇ ਨੇ 7 ਆਪਾਂ ਇਸ ਨੂੰ ਲਿਖ ਦਿੱਤਾ ਹੈਗਾ ਦੇਖੋ ਠੀਕ ਹੈ ਉਸ ਤੋਂ ਬਾਅਦ ਦੇਖੋ ਆਪਾਂ ਨੇ ਕਿਸ ਤਰੀਕੇ ਦੇ ਨਾਲ ਪਤਾ ਕੀਤਾ ਸੀਗਾ ਪਹਿਲਾਂ ਪਤਾ ਕਰਨ ਦੇ ਵਾਸਤੇ ਦੇਖੋ ਆਪਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਇਸ ਤਰ੍ਹਾਂ ਕਟਾ ਕੇ ਵੀ ਦੇਖ ਸਕਦੇ ਹਾਂ ਜਿਵੇਂ ਕਿ ਦੇਖੋ ਤੁਹਾਨੂੰ ਆਪਾਂ ਨੇ ਦੱਸ ਦਿੱਤਾ ਤੇ ਜਾਂ ਫਿਰ ਜਿਵੇਂ ਕਿ ਮੈਕਸਿਮਮ ਦੇ ਵਿੱਚੋਂ ਕਟਵਾ ਕਟਾਉਣੇ ਹੁੰਦੇ ਆਪਾਂ ਦੇਖੋ 7 ਵਿਦਿਆਰਥੀ ਨੇ ਇਹ ਬਿਚਕਾਰ ਆਪਾਂ ਨੂੰ 7 ਵਿਦਿਆਰਥੀ ਕਿਹਾ ਹੋਇਆ ਹੈਗਾ ਦੇਖੋ ਆਪਾਂ ਨੂੰ ਜੇਕਰ ਇਹ ਚੀਜ਼ ਵੀ ਨਹੀਂ ਆਪਾਂ ਨੇ ਬਣਾਉਣੀ ਇਹ ਚੀਜ਼ ਵੀ ਆਪਾਂ ਨੇ ਨਹੀਂ ਬਣਾਉਣੀ ਇਸ ਦੇ ਵਿੱਚ ਦੇਖੋ ਆਪਾਂ ਇਸ ਤੋਂ ਬਿਨਾਂ ਹੀ ਸੋਲਵ ਕਰਦੇ ਆਂ ਸਭ ਤੋਂ ਪਹਿਲਾਂ ਫਿਰ ਆਪਾਂ ਇਸ ਦੇ ਹਿਸਾਬ ਨਾਲ ਸੋਲਵ ਕਰਾਂਗੇ ਸਟੇਟਮੈਂਟ ਦੇ ਵਿੱਚ ਕਿਹਾ ਹੋਇਆ ਹੈਗਾ ਉਹਦੇ ਵੀਰ 21ਵੇਂ ਸਥਾਨ ਤੇ ਹੈ ਠੀਕ ਹੈ ਤੇ ਦਿਲਪ੍ਰੀਤ 18ਵੇਂ ਸਥਾਨ ਤੇ ਹੈ ਦਿਲਪ੍ਰੀਤ 18ਵੇਂ ਸਥਾਨ ਤੇ ਹੈ ਤੇ 7 ਵਿਦਿਆਰਥੀ ਉਹਨਾਂ ਦੇ ਵਿਚਕਾਰ ਹੋਰ ਨੇਗੇ ਠੀਕ ਹੈ ਇਹਨਾਂ ਦਾ ਆਪਾਂ ਜੋੜ ਕੀਤਾ ਸੀਗਾ ਮੈਕਸਿਮਮ ਆਪਣਾ 45 ਆ ਚੁੱਕਾ ਸੀਗਾ 45 ਆਪਾਂ ਨੇ ਦੇਖੋ ਲਿਖ ਲਿਆ ਹਾਂ 45 ਨਹੀਂ 46 ਸੀਗਾ ਸੌਰੀ ਠੀਕ ਹੈ 46 ਆ ਗਿਆ ਸੀਗਾ ਆਪਣਾ 46 ਸੀਗਾ ਉਸ ਤੋਂ ਬਾਅਦ ਦੇਖੋ ਆਪਾਂ ਨੇ ਕਿਹਾ ਸੀਗਾ ਇਹ ਹੋ ਗਿਆ ਆਪਣਾ ਮੈਕਸਿਮਮ 46 ਮੈਕਸਿਮਮ ਦੇ ਵਿੱਚੋਂ ਆਪਾਂ ਨੇ ਘਟਾਉਣਾ ਕੀ ਹੁੰਦਾ ਹੈਗਾ ਦੇਖੋ 7 ਵਿਦਿਆਰਥੀ ਵਿਚਕਾਰ ਬੈਠੇ ਹੋਏ ਨੇ ਮਤਲਬ ਕਿ 7 ਜੋੜ 7 ਕਰ ਦਾਂਗੇ 14 ਹੋ ਜਾਏਗਾ 14 ਦੇ ਵਿੱਚ 2 ਹੋਰ ਜੋੜ ਦਾਂਗੇ ਆਪਾਂ ਕਿਉਂਕਿ ਦੇਖੋ ਇਹ ਸੀਗੇ ਜਿਹੜੇ ਦੋਨੋਂ ਵਾਰ ਆਪਸ ਦੇ ਵਿੱਚ ਵੀ ਗਿਨੇ ਗਏ ਸੀਗੇ 14 ਤੇ 2 16 ਹੋ ਗਿਆ ਨਾ ਆਪਣੇ ਕੋਲ 14 ਤੇ 2 16 ਠੀਕ ਹੈ ਆਪਣੇ ਕੋਲ 16 ਆ ਚੁੱਕਾ ਹੈਗਾ 46 ਦੇ ਵਿੱਚੋਂ ਆਪਾਂ ਨੇ 16 ਘਟਾਉਣਾ ਹੁੰਦਾ ਹੈਗਾ 46 ਦੇ ਵਿੱਚੋਂ 16 ਨੂੰ ਘਟਾਉਣਾ ਹੈਗਾ ਆਪਾਂ ਨੇ ਤਾਂ ਦੇਖੋ ਆਪਣਾ ਕਿੰਨਾ ਆਨਸਰ ਆ ਜਾਏਗਾ ਇਸ ਦਾ ਆਨਸਰ ਆ ਜਾਏਗਾ ਆਪਣੇ ਕੋਲ 30 ਠੀਕ ਹੈ ਇਸ ਦਾ 30 ਆਨਸਰ ਆਪਣੇ ਕੋਲ ਇਸ ਹਿਸਾਬ ਦੇ ਨਾਲ ਨਿਕਲ ਕੇ ਸਾਹਮਣੇ ਆ ਜਾਏਗਾ ਜੇਕਰ ਆਪਾਂ ਬਿਨਾਂ ਡਾਇਗਰਾਮ ਤੋਂ ਬਣਾਉਨੇ ਆ ਠੀਕ ਹੈ ਡਾਇਗਰਾਮ ਦੇ ਹਿਸਾਬ ਨਾਲ ਵੀ ਜਦੋਂ ਆਪਾਂ ਬਣਾਉਨੇ ਆ ਤਾਂ ਆਪਾਂ ਨੂੰ ਦੇਖੋ ਇੱਕ ਤਰ੍ਹਾਂ ਸਮਝਣ ਦੇ ਵਾਸਤੇ ਡਾਇਗਰਾਮ ਹੈਗਾ ਦੇਖੋ ਸੱਤ ਵਿਦਿਆਰਥੀ ਨੇ ਜਦੋਂ ਇਹਦੀ ਆਪਾਂ ਨੇ ਸਥਾਨ ਪਤਾ ਕੀਤਾ ਆ ਸੱਤ ਗਿਣੇ ਗਏ ਵਿਦਿਆਰਥੀ ਵਿੱਚ ਤੇ ਉਸ ਤੋਂ ਬਾਅਦ ਜਦੋਂ ਆਪਾਂ ਨੇ ਇਸ ਦਾ ਸਥਾਨ ਪਤਾ ਕੀਤਾ ਤਾਂ ਇਹੀ ਸੱਤ ਵਿਦਿਆਰਥੀ ਦੇਖੋ ਦੁਬਾਰਾ ਗਿਣੇ ਗਏ ਤੇ ਜਦੋਂ ਆਪਾਂ ਇਸ ਦਾ ਪਤਾ ਕਰ ਰਹੇ ਸੀਗੇ ਇਹ ਵੀ ਦੁਬਾਰੇ ਗਿਣਾ ਜਾ ਰਿਹਾ ਸੀਗਾ ਜਦੋਂ ਇਸ ਦਾ ਪਤਾ ਕਰ ਰਹੇ ਸੀਗੇ ਇਹ ਵੀ ਦੁਬਾਰੇ ਗਿਣਾ ਜਾ ਰਿਹਾ ਸੀਗਾ ਸੱਤ ਵਿਦਿਆਰਥੀ ਦੋ ਵਾਰੀ ਗਿਣੇ ਗਏ ਤਾਂ ਕਰਕੇ 7 ਤੇ 7 ਆਪਾਂ ਨੇ 14 ਲਿਖ ਲਿਆ ਤੇ ਆ ਵਿਦਿਆਰਥੀ ਵੀ ਦੋ ਵਾਰੀ ਗਿਨੇ ਗਏ ਇਹਨਾਂ ਨੂੰ ਵੀ ਦੋ ਲਿਖ ਲਓ ਮਤਲਬ ਕਿ 14 ਤੇ 2 16 ਬਣ ਗਏ ਤਾਂ ਆਪਾਂ ਮੈਕਸਿਮਮ ਦੇ ਵਿੱਚੋਂ ਇਸ ਨੂੰ ਘਟਾਉਣੇ ਹੁੰਦੇ ਹਨਗੇ ਠੀਕ ਹੈ ਇਹ ਚੀਜ਼ ਦੇਖੋ ਆਪਾਂ ਨੂੰ ਲੱਗ ਗਈ ਪਤਾ ਮਤਲਬ ਕਿ 30 ਆਪਣਾ ਦੇਖੋ ਅਨਸਰ ਆ ਗਿਆ ਸੀਗਾ ਤਾਂ ਹੁਣ ਆਪਾਂ ਦੂਜੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਕਰ ਸਕਦੇ ਹਾਂ ਜੇਕਰ ਜਮੇ ਕੰਮ ਅੜ ਜੇ ਕਿ ਆਪਣੇ ਤੋਂ ਸੋਲਵ ਨਹੀਂ ਹੋ ਰਿਹਾ ਤਾਂ ਆਪਾਂ ਕਿਸ ਤਰ੍ਹਾਂ ਇਸ ਨੂੰ ਕਰਾਂਗੇ ਦੇਖੋ ਇਹ ਹੋ ਗਿਆ 18ਵਾਂ ਸਥਾਨ ਬੱਚੇ ਦਾ ਇਸ ਪਾਸੋਂ ਠੀਕ ਹੈ ਇਸ ਪਾਸੋਂ ਜੇਕਰ ਆਪਾਂ ਇਸ ਦਾ ਸਥਾਨ ਪਤਾ ਕਰ ਲਈਏ ਤਾਂ ਆਪਾਂ ਇਧਰੋਂ ਦਾ ਦੇਖੋ ਆਪਾਂ ਨੂੰ ਸਥਾਨ ਪਤਾ ਇਸ ਦਾ ਜੇਕਰ ਆਪਾਂ ਇਧਰੋਂ ਸਥਾਨ ਪਤਾ ਕਰ ਲਈਏ ਇਸ ਦਾ ਤਾਂ ਆਪਾਂ ਨੇ ਕੀ ਕਰਨਾ ਹੋਏਗਾ ਜਿਵੇਂ ਕਿ ਆਪਾਂ ਨੇ ਸਟਾਰਟਿੰਗ ਦੇ ਵਿੱਚ ਇਸ ਚੈਪਟਰ ਦੀ ਸਟਾਰਟਿੰਗ ਦੇ ਵਿੱਚ ਸਵਾਲ ਕੀਤੇ ਸੀਗੇ ਕਿ ਇਹਨਾਂ ਦੇ ਦੋਨਾਂ ਦਾ ਕਰਕੇ ਜੋੜ ਉਹਨਾਂ ਦੇ ਵਿੱਚੋਂ ਮਤਲਬ ਕਿ ਇੱਕ ਵਿਦਿਆਰਥੀ ਦੇ ਖੱਬੇ ਪਾਸੋਂ ਤੇ ਸੱਜੇ ਪਾਸੋਂ ਦੋਨੇ ਪਾਸੋਂ ਸਥਾਨ ਪਤਾ ਕਰਕੇ ਉਸ ਦੇ ਵਿੱਚੋਂ ਇੱਕ ਘਟਾ ਦਿੰਦੇ ਸੀਗੇ ਤਾਂ ਕੁੱਲ ਵਿਦਿਆਰਥੀਆਂ ਦੀ ਸੰਖਿਆ ਆਪਣੇ ਕੋਲ ਨਿਕਲ ਕੇ ਆ ਜਾਂਦੀ ਹੁੰਦੀ ਸੀਗੀ ਤਾਂ ਦੇਖੋ ਆਪਾਂ ਜਾਂ ਤਾਂ ਇਸ ਦਾ ਸਥਾਨ ਦੋਨੇ ਪਾਸੋਂ ਇਸ ਦਾ ਦੋਨੇ ਪਾਸੋਂ ਸਥਾਨ ਪਤਾ ਕਰ ਲੋ ਤੇ ਜਾਂ ਫਿਰ ਇਸ ਦਾ ਦੋਨੇ ਪਾਸੋਂ ਸਥਾਨ ਪਤਾ ਕਰ ਲੋ ਉਸ ਦੇ ਵਿੱਚੋਂ ਉਹਨਾਂ ਦਾ ਦੋਨਾਂ ਦਾ ਕਰਕੇ ਜੋੜ ਦੋਨੇ ਸਥਾਨਾਂ ਦਾ ਖੱਬੋਂ ਤੇ ਸੱਜੋਂ ਠੀਕ ਹੈ ਉਹਨਾਂ ਦੇ ਵਿੱਚੋਂ ਆਪਾਂ ਨੇ ਇੱਕ ਘਟਾ ਦੇਣਾ ਹੁੰਦਾ ਹੈਗਾ ਤਾਂ ਆਪਣਾ ਆਨਸਰ ਨਿਕਲ ਕੇ ਸਾਹਮਣੇ ਆ ਜਾਂਦਾ ਹੈਗਾ ਤਾਂ ਦੇਖੋ ਇਧਰੋਂ ਹੋ ਗਿਆ 18 17 16 15 14 13 12 11 ਤੇ 10 ਠੀਕ ਹੈ ਤਾਂ ਆਪਣੇ ਕੋਲ ਦੇਖੋ ਇਧਰਲੇ ਪਾਸੋਂ ਜਦੋਂ ਦੇਖਦੇ ਆਂ ਦੇਖੋ ਇਧਰਲੇ ਪਾਸੋਂ 10ਵਾਂ ਕਹਿ ਰਹੇ ਆ ਨਾ ਦੇਖੋ ਇਧਰਲੇ ਪਾਸੋਂ ਜਦੋਂ ਇਹ 18 ਸੀਗਾ ਇਸ ਪਾਸੋਂ ਜਦੋਂ ਇਹ 18 ਸੀ ਆਪਾਂ ਇੱਕ ਇੱਕ ਘਟਦਿਆ ਇਹ ਸੱਤ ਵਿਦਿਆਰਥੀ ਪਿੱਛੇ ਹਟਿਆਏ ਜਦੋਂ ਆਪਾਂ ਸੱਤ ਵਿਦਿਆਰਥੀ ਪਿੱਛੇ ਹਟ ਕੇ ਆ ਗਏ ਤਾਂ ਇਹਦਾ ਸਥਾਨ ਜਦੋਂ ਇਧਰਲੇ ਪਾਸੋਂ ਆਪਾਂ ਦੇਖਾਂਗੇ ਇੱਥੋਂ 10ਵਾਂ ਸਥਾਨ ਇਸਦਾ ਬਣ ਰਿਹਾਗਾ ਮਤਲਬ ਕਿ ਇਧਰਲੇ ਪਾਸੋਂ ਇਸਦਾ ਦਸਮਾ ਸਥਾਨ ਬਣ ਰਹਿਗਾ 9 ਵਿਦਿਆਰਥੀ ਹੋਰ ਨੇ ਸਥਿਤਰ ਦਸਮਾ ਸਥਾਨ ਇਸ ਤਰ੍ਹਾਂ ਬਣ ਰਹਿਗਾ ਤੇ ਇਧਰਲੇ ਪਾਸੋਂ ਆਪਾਂ ਨੂੰ ਦਿੱਤਾ ਹੀ ਹੋਇਆ ਸੀਗਾ ਕਿ 21ਵਾਂ ਸਥਾਨ ਹੈਗਾ ਤਾਂ ਆਪਾਂ ਨੇ ਦੇਖੋ ਹੁਣ ਕੀ ਕਰਨਾ ਹੈਗਾ 10 ਜੋੜ 21 21 ਤੇ 10 31 ਹੁੰਦਾ ਹੈਗਾ 31 ਹੁੰਦਾ ਹੈਗਾ ਉਸ ਦੇ ਵਿੱਚੋਂ ਆਪਾਂ ਇੱਕ ਘਟਾਣੇ ਹੁੰਨੇ ਆ 31 ਦੇ ਵਿੱਚੋਂ ਇੱਕ ਘਟਾ ਦਿਓ ਤਾਂ ਆਪਣੇ ਕੋਲ 30 ਆਨਸਰ ਇਸ ਤਰ੍ਹਾਂ ਨਿਕਲ ਕੇ ਸਾਹਮਣੇ ਆ ਜਾਏਗਾ ਦੇਖੋ ਦੂਜੇ ਤਰੀਕੇ ਦੇ ਨਾਲ ਵੀ ਆਪਾਂ ਨੇ ਆਨਸਰ ਕੱਢਿਆ ਸੀਗਾ ਕੱਢ ਕੇ ਉੱਪਰ ਲਿਖਤਾ ਸੀਗਾ ਆਪਣਾ 30 ਆਨਸਰ ਇਸ ਤਾ ਨਿਕਲ ਕੇ ਸਾਹਮਣੇ ਆ ਚੁੱਕਾ ਹੈਗਾ ਦੇਖੋ ਉਸ ਤਰੀਕੇ ਦੇ ਨਾਲ ਵੀ ਆਪਾਂ ਇਸ ਨੂੰ ਸੋਲਵ ਕਰ ਸਕਦੇ ਹਾਂ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵੱਧਦੇ ਹਾਂ ਇੱਕ ਲਾਈਨ ਦੇ ਵਿੱਚ ਹਰਪ੍ਰੀਤ ਠੀਕ ਹੈ ਹਰਪ੍ਰੀਤਕੌਰ ਖੱਬੇ ਪਾਸੋਂ 19ਵੇਂ ਸਥਾਨ ਤੇ ਹੈ ਦੇਖੋ ਇੱਕ ਲਾਈਨ ਦੇ ਵਿੱਚ ਹਰਪ੍ਰੀਤ ਖੱਬੇ ਪਾਸੋਂ 19ਵੇਂ ਸਥਾਨ ਤੇ ਹੈ ਤੇ ਸੱਜੇ ਪਾਸੋਂ ਅਮਨ 13ਵੇਂ ਸਥਾਨ ਤੇ ਹੈ ਦੇਖੋ ਆਪਾਂ ਨੂੰ ਕੀ ਕਿਹਾ ਹੈਗਾ ਮੈਕਸਿਮਮ ਤਾਂ ਆਪਾਂ ਦੇਖੋ ਇਸ ਤਰ੍ਹਾਂ ਦਾ ਡਾਇਗਰਾਮ ਬਣਾਵਾਂਗੇ ਲੈਫਟ ਤੇ ਰਾਈਟ ਤਾਂ ਹਰਪ੍ਰੀਤ ਦਾ ਸਥਾਨ 19ਵਾਂ ਦੱਸਿਆ ਆਪਾਂ ਨੇ ਇੱਥੇ 19 ਲਿਖ ਲਿਆ ਐਚ ਲਿਖ ਲਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕਿਹਾਗਾ ਅਮਨ ਦਾ ਸਥਾਨ 13ਵਾਂ ਸਥਾਨ ਹੈਗਾ ਸੱਜੇ ਪਾਸੋਂ ਅਮਨ ਦਾ ਇੱਥੇ ਆਪਾਂ ਨੇ ਲਿਖ ਲਿਆ 13 ਅਮਨ ਦਾ ਸਥਾਨ ਹੈ ਏ ਲਿਖ ਲਿਆ ਆਪਾਂ ਨੇ ਉਸ ਤੋਂ ਬਾਅਦ ਉਹਨਾਂ ਦੋਵਾਂ ਦੇ ਬਿਲਕੁਲ ਵਿਚਕਾਰ ਕਮਲ ਬੈਠੀ ਹੈ ਉਹਨਾਂ ਦੇ ਦੇਖੋ ਦੋਨਾਂ ਦੇ ਵਿਚਕਾਰ ਕਿ ਹੈਗਾ ਆਪਾਂ ਨੂੰ ਲੈਫਟ ਪੋਰਟ ਤੇ ਰਾਈਟ ਇਹਨਾਂ ਦੋਨੇ ਭੋਲਾਂ ਦੇ ਵਿਚਕਾਰ ਨਹੀਂ ਆਪਾਂ ਨੂੰ ਕਿਹਾ ਆਪਾਂ ਨੂੰ ਦੋਨੇ ਵਿਦਿਆਰਥੀਆਂ ਦੇ ਵਿਚਕਾਰ ਹਰਪ੍ਰੀਤ ਤੇ ਅਮਨ ਦੇ ਵਿਚਕਾਰ ਕਿਹਾਗਾ ਹਰਪ੍ਰੀਤ ਤੇ ਅਮਨ ਦੇ ਵਿਚਕਾਰ ਇੱਥੇ ਕਮਲ ਬੈਠੇ ਹੋਈਏ ਕਮਲ ਸੌਰੀ ਕੇ ਲਿਖ ਲੈਣੇ ਆਪਾਂ ਇਸ ਨੂੰ ਆਪਾਂ ਨੇ ਇਸ ਨੂੰ ਕੇ ਨਾਲ ਡਿਨੋਟ ਕਰਤਾ ਠੀਕ ਹੈ ਕੇ ਤਾਂ ਉਸ ਤੋਂ ਬਾਅਦ ਦੇਖੋ ਆਪਾਂ ਨੂੰ ਸਵਾਲ ਦੇ ਵਿੱਚ ਪੁੱਛਿਆ ਕੀ ਹੈ ਡਾਇਗਰਾਮ ਆਪਣਾ ਬਣ ਚੁੱਕਾ ਹੈਗਾ ਉਸ ਤੋਂ ਬਾਅਦ ਪੁੱਛਿਆ ਕੀ ਹੈ ਇਹਨਾਂ ਨੇ ਤੇ ਦੱਸਿਆ ਕੀ ਹੈ ਉਸ ਦੇ ਵਿੱਚ ਹੋਰ ਜੋ ਕਿ ਹਰਪ੍ਰੀਤ ਤੋਂ ਸੱਜੇ ਪਾਸੇ ਵੱਲ ਕਿਸ ਦੀ ਗੱਲ ਹੋ ਰਹੀ ਹੈ ਕਮਲ ਦੀ ਜਿਹੜੀ ਕਿ ਇੱਥੇ ਉਹਨਾਂ ਦੇ ਵਿਚਕਾਰ ਬੈਠੀ ਹੋਈ ਹੈ ਕਿ ਜੋ ਕਿ ਹਰਪ੍ਰੀਤ ਤੋਂ ਸੱਜੇ ਪਾਸੇ ਵੱਲ ਨੂੰ ਤੀਜੇ ਸਥਾਨ ਤੇ ਬੈਠੀ ਹੋਈ ਹੈ ਦੇਖੋ ਹਰਪ੍ਰੀਤ ਦਾ ਸਥਾਨ ਇਹ ਹੈਗਾ ਹਰਪ੍ਰੀਤ ਦੇ ਸੱਜੇ ਪਾਸੇ ਇੱਧਰ ਦੀ ਗੱਲ ਕੀਤੀ ਹੈਗੀ ਇਹਨਾਂ ਨੇ ਠੀਕ ਹੈ ਹਰਪ੍ਰੀਤ ਤੋਂ ਸੱਜੇ ਪਾਸੇ ਵੱਲ ਨੂੰ ਤੀਜੇ ਸਥਾਨ ਤੇ ਬੈਠੀ ਹੋਈ ਹੈ ਦੇਖੋ ਦੋ ਵਿਦਿਆਰਥੀ ਵਿਚਕਾਰ ਹੋਣਗੇ ਤਾਂ ਹੀ ਤੀਜਾ ਸਥਾਨ ਹੋਏਗਾ ਇਸ ਦਾ ਤੀਜਾ ਸਥਾਨੇ ਦਾ ਤਾਂ ਅਮਨ ਤੋਂ ਹਰਪ੍ਰੀਤ ਤਾਂ ਦੱਸੋ ਕਿ ਅਮਨ ਤੋਂ ਹਰਪ੍ਰੀਤ ਅਮਨ ਤੋਂ ਆਏ ਅਮਨ ਅਮਨ ਤੋਂ ਹਰਪ੍ਰੀਤ ਅਮਨ ਤੋਂ ਹਰਪ੍ਰੀਤ ਖੱਬੇ ਪਾਸੇ ਕਿੰਨੇਵੇਂ ਸਥਾਨ ਤੇ ਬੈਠੀ ਹੋਈ ਹੈ ਮਤਲਬ ਕਿ ਇਹਨਾਂ ਦਾ ਦੋਨਾਂ ਦਾ ਆਪਾਂ ਨੇ ਸਥਾਨ ਪਤਾ ਕਰਨਾ ਹੈਗਾ ਵੀ ਹਰਪ੍ਰੀਤ ਕਿੰਨੇਵੇਂ ਸਥਾਨ ਤੇ ਅਮਨ ਤੋਂ ਖੱਬੇ ਪਾਸੇ ਵਾਲੇ ਪਾਸੇ ਨੂੰ ਠੀਕ ਹੈ ਆਪਾਂ ਨੂੰ ਪਤਾ ਹੈ ਖੱਬੇ ਪਾਸੇ ਇਹਨਾਂ ਨੂੰ ਲਿਖਣ ਦੀ ਵੀ ਜ਼ਰੂਰਤ ਨਹੀਂ ਸੀਗੀ ਇਹ ਤਾਂ ਉਸ ਤੋਂ ਬਾਅਦ ਦੇਖੋ ਜੇਕਰ ਆਪਾਂ ਇਹਨਾਂ ਦੀ ਕਰੀਏ ਗਿਣਤੀ ਦੇਖੋ ਮਤਲਬ ਕਿ 1 2 3 ਤਿੰਨ ਤੀਜੇ ਸਥਾਨ ਤੇ ਕਿਹਾ ਹੋਇਆ ਸੀਗਾ ਤੇ ਦੂਜੀ ਗੱਲ ਇਹਨਾਂ ਨੇ ਕੀ ਕਹੀ ਸੀਗੀ ਇੱਥੇ ਅਮਨ ਇੱਥੇ ਹਰਪ੍ਰੀਤ ਅਮਨ ਤੇ ਹਰਪ੍ਰੀਤ ਦੇ ਜਮਾਂ ਬਿਲਕੁਲ ਵਿਚਕਾਰ ਬੈਠੀ ਹੋਈ ਹੈਗੀ ਕਮਲ ਦੋ ਵਿਦਿਆਰਥੀ ਇਸ ਤੇ ਵਿਚਕਾਰ ਨੇ ਤਾਂ ਇੱਧਰ ਵੀ ਦੋ ਵਿਦਿਆਰਥੀ ਹੋਣਗੇ ਦੇਖੋ ਠੀਕ ਹੈ ਇਹ ਚੀਜ਼ ਆਪਾਂ ਨੇ ਦੇਖੋ ਬਣਾ ਲਈ ਉਸ ਤੋਂ ਬਾਅਦ ਇਹਨਾਂ ਨੇ ਕਿਹਾਗਾ ਕਿ ਨੰਵੇਂ ਪਾਸ ਹਰਪ੍ਰੀਤ ਤੇ ਅਮਨ ਦੀ ਗੱਲ ਕੀਤੀ ਹੈ ਕਮਲ ਨੂੰ ਹੁਣ ਭੁੱਲ ਜਾ ਠੀਕ ਹੈ ਤਾਂ ਦੇਖੋ ਕਿੰਵੇਂ ਸਥਾਨ ਤੇ ਹਰਪ੍ਰੀਤ ਬੈਠੀ ਹੋਈ ਹੈ ਅਮਨ ਤੋਂ ਤਾਂ ਇਸ ਨੂੰ ਆਪਾਂ ਕਿਸ ਤਰ੍ਹਾਂ ਕਰਾਂਗੇ ਦੇਖੋ 1 2 3 4 5 6 6ਵੇਂ ਸਥਾਨ ਤੇ ਬੈਠੀ ਹੋਈ ਹੈਗੇ ਇਸ ਦਾ ਆਨਸਰ ਹੋਏਗਾ ਆਪਣਾ 6 6ਵੇਂ ਸਥਾਨ ਤੇ ਹਰਪ੍ਰੀਤ ਹੈ ਜਿਹੜੀ ਬੈਠੀ ਹੋਈ ਹੈਗੀ ਕਮਲ ਤੋਂ 6ਵੇਂ ਸਥਾਨ ਤੇ ਉਸ ਤੋਂ ਬਾਅਦ ਦੇਖੋ ਅਗਲਾ ਪ੍ਰਸ਼ਨ ਇਹਨਾਂ ਦੇ ਵਿੱਚ ਇਸੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਪੁੱਛਿਆ ਜਾ ਸਕਦਾ ਹੈਗਾ ਜਦੋਂ ਆਪਾਂ ਨੇ ਇੰਨਾ ਡਾਇਗਰਾਮ ਬਣਾ ਲਿਆ ਨਾ ਆਪਾਂ ਨੂੰ ਇਹ ਵੀ ਪੁੱਛਿਆ ਜਾ ਸਕਦਾ ਹੈਗਾ ਕਿ ਇਸ ਤੋਂ ਖੱਬੇ ਪਾਸੇ ਵਾਲਾ ਸਥਾਨ ਦੱਸੋ ਕਿ ਕਿੰਨੇਵੇਂ ਸਥਾਨ ਤੇ ਖੱਬੇ ਪਾਸੋਂ ਅਮਨ ਠੀਕ ਹੈ ਹਰਪ੍ਰੀਤ ਨੂੰ ਸੱਜੇ ਪਾਸੋਂ ਪੁੱਛਿਆ ਜਾ ਸਕਦਾ ਹੈਗਾ ਜਾਂ ਫਿਰ ਕਮਲ ਨੂੰ ਖੱਬੇ ਪਾਸੇ ਪੁੱਛਿਆ ਸੱਜੇ ਪਾਸੇ ਪੁੱਛਿਆ ਜਾ ਸਕਦਾ ਹੈ ਖੱਬੇ ਪਾਸੇ ਪੁੱਛਿਆ ਜਾ ਸਕਦਾ ਹੈਗਾ ਤੇ ਜਾਂ ਫਿਰ ਆਪਾਂ ਨੂੰ ਕੁੱਲ ਕੁੜੀਆਂ ਦੀ ਜਨਸੰਖਿਆ ਕੁੱਲ ਕੁੜੀਆਂ ਦੀ ਕਿੰਨੀ ਸੰਖਿਆ ਹੈਗੀ ਇਸ ਲਾਈਨ ਦੇ ਵਿੱਚ ਉਹ ਵੀ ਪੁੱਛਿਆ ਜਾ ਸਕਦਾ ਹੈਗਾ ਦੇਖੋ ਅਗਲੇ ਪ੍ਰਸ਼ਨ ਦੇ ਵਿੱਚ ਹੋ ਸਕਦਾ ਹੈਗਾ ਕਿ ਆਪਾਂ ਨੇ ਪਾਇਆ ਹੋਵੇ ਇੱਕ ਲਾਈਨ ਵਿੱਚ ਹਰਪ੍ਰੀਤ ਖੱਬੇ ਪਾਸੋਂ 19ਵੇਂ ਸਥਾਨ ਤੇ ਆ ਬਿਲਕੁਲ ਪਹਿਲਾ ਵਾਲਾ ਸਵਾਲ ਹੈਗਾ ਦੇਖੋ ਉਸ ਦੇ ਵਿੱਚ ਆਪਾਂ ਨੂੰ ਕੀ ਕਿਹਾ ਸੀਗਾ ਦੇਖੋ ਮੈਕਸਿਮਮ ਹਾਂ ਇਹਦੇ ਵਿੱਚ ਵੀ ਮੈਕਸਿਮਮ ਹੈਗਾ ਤਾਂ ਇਸ ਦੇ ਵਿੱਚ ਫਰਕ ਕੀ ਹੈਗਾ ਦੇਖੋ ਹਰਪ੍ਰੀਤ ਅਮਨ ਤੋਂ ਹਰਪ੍ਰੀਤ ਕਿੰਵੇਂ ਸਥਾਨ ਤੇ ਬੈਠੀ ਹੋਈ ਹੈ ਤਾਂ ਇੱਕ ਵਾਰ ਦੇਖੋ ਆਪਾਂ ਸੋਲਵ ਕਰਕੇ ਦੇਖਦੇ ਆਂ ਨਹੀਂ ਜੀ ਪਹਿਲਾਂ ਵਾਲਾ ਹੀ ਸਵਾਲ ਸ਼ਾਇਦ ਕਾਪੀ ਹੋ ਗਿਆ ਇਹ ਹਾਂ ਤਾਂ ਉਸ ਤੋਂ ਚਲੋ ਅਗਲੇ ਸਵਾਲ ਦੇ ਵੱਲ ਚੱਲਦੇ ਆਪਾਂ ਇੱਕ ਲਾਈਨ ਵਿੱਚ ਰਾਣੀ ਖੱਬੇ ਪਾਸੋਂ 21ਵੇਂ ਸਥਾਨ ਤੇ ਹੈ ਮੈਕਸਿਮਮ ਕਿ ਹੈ ਮੈਕਸਿਮਮ ਵਾਲਾ ਆਪਾਂ ਬਣਾਉਨੇ ਆਂਗੇ ਡਾਇਗਰਾਮ ਲੈਫਟ ਤੇ ਰਾਈਟ ਠੀਕ ਹੈ ਰਾਣੀ 21ਵੇਂ ਸਥਾਨ ਤੇ ਹੈ 21ਵੇਂ ਸਥਾਨ ਤੇ ਆਰ ਲਿਖ ਲਿਆ ਆਪਾਂ ਨੇ ਉਸ ਤੋਂ ਬਾਅਦ ਪਵਨਪ੍ਰੀਤ ਕੌਰ ਠੀਕ ਹੈ 16ਵੇਂ ਸਥਾਨ ਤੇ ਹੈ ਪਵਨਪ੍ਰੀਤ 16ਵੇਂ ਸਥਾਨ ਤੇ ਹੈ ਪੀ ਲਿਖ ਲਿਆ ਆਪਾਂ ਤੇ ਉਹਨਾਂ ਦੋਵਾਂ ਦੇ ਬਿਲਕੁਲ ਵਿਚਕਾਰ ਰਮਨਦੀਪ ਕੌਰ ਬੈਠੀ ਹੋਈ ਹੈ ਰਮਨਦੀਪ ਦੋਨਾਂ ਦੇ ਵਿਚਕਾਰ ਬਿਲਕੁਲ ਵਿਚਕਾਰ ਦੋਨਾਂ ਦੇ ਵਿਚਕਾਰ ਕਿਹਾ ਆਪਾਂ ਨੂੰ ਲੈਫਟ ਪੋਲ ਤੇ ਰਾਈਟ ਪੋਲ ਦੇ ਨਹੀਂ ਗੱਲ ਕੀਤੀ ਹੋਈ ਆਪਾਂ ਨੂੰ ਇਹਨਾਂ ਦੋਨਾਂ ਦੇ ਵਿਚਕਾਰ ਕਿਹਾ ਹੋਇਆ ਹੋਏਗਾ ਤਾਂ ਆਪਾਂ ਇਸ ਤਰ੍ਹਾਂ ਦੇਖੋ ਵਿਚਕਾਰ ਇਹਨਾਂ ਦੇ ਲਿਖ ਲਿਆ ਤਾਂ ਦੇਖੋ ਉਸ ਤੋਂ ਬਾਅਦ ਕੀ ਗੱਲ ਹੈਗੀ ਇੱਥੇ ਆਰ ਲਿਖ ਲਿਆ ਆਪਣੇ ਰਮਨਦੀਪ ਦੀ ਗੱਲ ਹੈਗੀ ਵਿਚਕਾਰ ਆਪਣੇ ਚਲੋ ਇੱਥੇ ਆਰ ਲਿਖ ਲਿਆ ਉਸ ਤੋਂ ਬਾਅਦ ਦੇਖੋ ਰਾਣੀ ਤੋਂ ਸੱਜੇ ਪਾਸੇ ਰਾਣੀ ਤੋਂ ਸੱਜੇ ਪਾਸੇ ਠੀਕ ਹੈ 7ਵੇਂ ਸਥਾਨ ਤੇ ਰਮਨਦੀਪ ਦੇਖੋ 7ਵੇਂ ਸਥਾਨ ਤੇ ਹੈ ਹਾਂ 7ਵੇਂ ਸਥਾਨ ਤੇ ਹੈ ਰਮਨਦੀਪ ਹਾਂ ਹਾਂ ਰਮਨਦੀਪ ਰਾਣੀ ਤੋਂ ਦੇਖੋ ਰਾਣੀ ਇੱਥੇ ਰਾਣੀ ਦਾ ਸਥਾਨ ਹੈ ਤੇ ਆ ਰਮਨਦੀਪ ਦਾ ਸਥਾਨ ਹੈ ਕਿੰਵੇਂ ਸਥਾਨ ਤੇ ਹੈ ਸਥਾਨ ਦੱਸਿਆ ਗਿਆ ਹੁਣ ਆਪਾਂ ਨੂੰ 7ਵੇਂ ਸਥਾਨ ਤੇ ਹੈ ਮਤਲਬ ਕਿ 6 ਵਿਦਿਆਰਥੀ ਇੱਥੇ ਹੋਣਗੇ ਤੇ 7ਵਾਂ ਸਥਾਨ ਇਹ ਬਣ ਗਿਆ ਤੇ ਇੱਕ ਗੱਲ ਆਪਾਂ ਨੂੰ ਦੇਖੋ ਪਿਛਲੇ ਸਵਾਲ ਦੇ ਵਾਂਗੂ ਹੋਰ ਕਹੀ ਆ ਕਿ ਇਹ ਬਿਲਕੁਲ ਵਿਚਕਾਰ ਹੈ ਇੱਥੇ 6 ਵਿਦਿਆਰਥੀ ਆਪਣੇ ਡਰਾ ਕਰਤੇ ਤਾਂ 6 ਇੱਥੇ ਵੀ ਕਰਾਂਗੇ 1 2 3 4 5 6 7ਵਾਂ ਸਥਾਨ ਦੇਖੋ ਇਧਰੋਂ ਵੀ ਇਸ ਦਾ ਹੋਣਾ ਚਾਹੀਦਾ ਹੈਗਾ ਰਮਨ ਦਾ ਠੀਕ ਹੈ ਇਹ ਚੀਜ਼ ਆਪਾਂ ਨੂੰ ਪੁੱਛ ਲਈ ਤਾਂ ਇਹ ਚੀਜ਼ ਇਹਨਾਂ ਨੇ ਕਿਹਾਗਾ ਰਮਣਦੀਪ ਦਾ ਖੱਬੇ ਪਾਸੋਂ ਕਿੰਨਾ ਸਥਾਨ ਹੈਗਾ ਹੁਣ ਦੇਖੋ ਖੱਬੇ ਪਾਸੋਂ ਆਪਾਂ ਨੂੰ ਰਮਣ ਦਾ ਸਥਾਨ ਪੁੱਛਿਆਗਾ ਪਹਿਲਾਂ ਕਿਹਾ ਸੀਗਾ ਕਿ ਇੱਥੋਂ ਇੱਥੇ ਤੱਕ ਇਹ ਸਥਾਨ ਪੁੱਛਿਆ ਸੀਗਾ ਇਸ ਵਿਦਿਆਰਥੀ ਤੋਂ ਇਸ ਵਿਦਿਆਰਥੀ ਦਾ ਸਥਾਨ ਪੁੱਛਿਆ ਸੀਗਾ ਹੁਣ ਆਪਾਂ ਨੂੰ ਕਿਹਾਗਾ ਇਸ ਵਿਦਿਆਰਥੀ ਦਾ ਇਸ ਪਾਸੋਂ ਕਿੰਨਾ ਸਥਾਨ ਹੈਗਾ ਇਸ ਪਾਸੋਂ ਖੱਬੇ ਪਾਸੋਂ ਠੀਕ ਹੈ ਤਾਂ ਦੇਖੋ ਆਪਾਂ ਨੂੰ ਪਤਾ ਹੈਗਾ 21 ਤਾਂ ਹੈਗਾ ਦੇਖੋ 21 ਤੱਕ ਤਾਂ ਇਹ ਹੈਗੇ ਨੇ 21ਵਾਂ ਸਥਾਨ ਆਪਣੇ ਕੋਲ ਰਾਣੀ ਦਾ ਆ ਚੁੱਕਾ ਹੈ 21 22 23 24 25 26 27 ਤੇ 28 28ਵਾਂ ਸਥਾਨ ਇਸ ਦਾ ਖੱਬੇ ਪਾਸੋਂ ਬਣ ਰਿਹਾਗਾ ਰਾਮਨਦੀਪ कौर ਦਾ ਠੀਕ ਹੈ ਇਹ ਪ੍ਰਸ਼ਨ ਆਪਣਾ ਹੋ ਗਿਆ ਉਸ ਤੋਂ ਬਾਅਦ ਦੇਖੋ ਸੱਜੇ ਪਾਸੋਂ ਵੀ ਪੁੱਛ ਸਕਦਾ ਹੈਗਾ ਖੱਬੇ ਪਾਸੋਂ ਜਦੋਂ ਆਪਾਂ ਨੇ ਕਰ ਲਿਆ ਤਾਂ ਸੱਜੇ ਪਾਸੋਂ ਵੀ ਆਪਾਂ ਇਸ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਾਂ ਉਸ ਤੋਂ ਬਾਅਦ ਕੁੱਲ ਵਿਦਿਆਰਥੀਆਂ ਦੀ ਸੰਖਿਆ ਪੁੱਛੀ ਜਾ ਸਕਦੀ ਹੈ ਕੁਝ ਵੀ ਇਸ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ ਚਲੋ ਅਗਲੇ ਪ੍ਰਸ਼ਨ ਦੇ ਵਿੱਚ ਦੇਖਦੇ ਆਂ ਇੱਕ ਲਾਈਨ ਵਿੱਚ ਅਮਰਿਤ ਖੱਬੇ ਪਾਸੋਂ 11ਵੇਂ ਸਥਾਨ ਤੇ ਹੈ ਇੱਕ ਲਾਈਨ ਦੇ ਵਿੱਚ ਅਮਰਿਤ ਦੇਖੋ ਇੱਕ ਲਾਈਨ ਦੇ ਵਿੱਚ ਅਮਰਿਤ ਮੈਕਸਿਮਮ ਕਿਹਾ ਹੈ ਮੈਕਸਿਮਮ ਵਾਲਾ ਆਪਾਂ ਬਣਾਵਾਂਗੇ ਡਾਇਗਰਾਮ ਲੈਫਟ ਤੇ ਰਾਈਟ ਅਮਰਿਤ 11ਵੇਂ ਸਥਾਨ ਤੇ ਹੈ ਖੱਬੇ ਪਾਸੋਂ ਤਾਂ ਇੱਥੇ ਆਪਾਂ 11 ਲਿਖ ਲਿਆ ਅਮਰਿਤ ਨੂੰ A ਲਿਖ ਲਿਆ ਠੀਕ ਹੈ ਤੇ ਸੱਜੇ ਪਾਸੋਂ ਅਰਸ਼ ਹੈਗਾ 15ਵੇਂ ਸਥਾਨ ਤੇ ਸੱਜੇ ਪਾਸੋਂ ਅਰਸ਼ ਹੈਗਾ 15ਵੇਂ ਸਥਾਨ ਤੇ ਇਸ ਨੂੰ ਵੀ A ਲਿਖ ਲਿਆ ਆਪਾਂ ਨੇ A1 ਲਿਖ ਲਓ ਤੇ ਦੋਵਾਂ ਦੇ ਬਿਲਕੁਲ ਵਿਚਕਾਰ ਕੌਣ ਬੈਠੇ ਹੋਏਗਾ ਇਹਨਾਂ ਦੇ ਵਿੱਕੀ ਠੀਕ ਹੈ ਇਹਨਾਂ ਦੋਵਾਂ ਦੇ ਬਿਲਕੁਲ ਵਿਚਕਾਰ ਦੇਖੋ ਵਿੱਕੀ ਬੈਠਾ ਹੋਏਗਾ ਆਪਾਂ ਨੇ B ਲਿਖ ਲਈ ਬਿਲਕੁਲ ਵਿਚਕਾਰ ਬੈਠਾ ਹੋਇਆ ਤਾਂ ਅਮਰਿਤ ਤੋਂ ਸੱਜੇ ਪਾਸੇ ਵੱਲ ਨੂੰ ਅਮਰਿਤ ਤੋਂ ਸੱਜੇ ਪਾਸੇ ਵੱਲ ਨੂੰ ਅਮਰਿਤ ਤੋਂ ਸੱਜੇ ਪਾਸੇ ਵੱਲ ਨੂੰ ਦੇਖੋ ਪੰਜਵੇਂ ਸਥਾਨ ਤੇ ਹੈਗਾ ਵਿੱਕੀ ਮਤਲਬ ਕਿ ਚਾਰ ਵਿਦਿਆਰਥੀ ਇੱਥੇ ਹੋਰ ਹੋਣਗੇ ਫੇਰੀ ਪੰਜਵਾਂ ਸਥਾਨ ਬਣ ਰਿਹਾਗਾ ਦੇਖੋ 1 2 3 4 ਪੰਜਵਾਂ ਸਥਾਨ ਬਣ ਰਿਹਾਗਾ ਦੇਖੋ ਠੀਕ ਹੈ ਪੰਜਵਾਂ ਸਥਾਨ ਬਣਾਤਾ ਤਾਂ ਇੱਕ ਗੱਲ ਹੋਰ ਵੀ ਆਪਾਂ ਨੂੰ ਉਹੀ ਜਿਵੇਂ ਪਿਛਲੇ ਸਵਾਲਾਂ ਦੇ ਵਿੱਚ ਸੀਗਾ ਕਿ ਪੰਜਵੇਂ ਸਥਾਨ ਤੇ ਬੈਠਾ ਹੋਇਆ ਤੇ ਹੈਗਾ ਬਿਲਕੁਲ ਵਿਚਕਾਰ ਹੈਗਾ ਦੋਹਾਂ ਦੇ ਤਾਂ ਇੱਧਰ ਵੀ ਚਾਰ ਵਿਦਿਆਰਥੀ ਹੋਣਗੇ ਦੇਖੋ ਇਹ ਚੀਜ਼ ਆਪਣੀ ਬਣ ਕੇ ਸਾਹਮਣੇ ਆ ਚੁੱਕੀ ਹੈਗੀ ਪੰਜ ਵਿਦਿਆਰਥੀ ਨੇਗੇ ਦੇਖੋ ਇਹ ਤਾਂ ਆਪਾਂ ਨੇ ਪੰਜ ਲਿਖ ਲਿਆ ਸੌਰੀ ਪੰਜ ਨਹੀਂ ਕਿੰਨੇ ਵਿਦਿਆਰਥੀ ਇਹ ਦੇਖੋ ਬਣ ਰਹੇ ਨੇ 4 ਤੇ 4 8 ਤੇ 1 9 ਵਿਦਿਆਰਥੀ ਬਣ ਗਏ 9 ਵਿਦਿਆਰਥੀ ਇਹ ਬਣ ਚੁੱਕੇ ਨੇਗੇ ਆਪਣੇ ਕੋਲ ਉਸ ਤੋਂ ਬਾਅਦ ਦੇਖੋ ਵਿੱਕੀ ਦਾ ਸੱਜੇ ਪਾਸੋਂ ਕਿੰਨਾ ਸਥਾਨ ਆਏਗਾ ਵਿੱਕੀ ਦਾ ਆਪਾਂ ਨੂੰ ਪਤਾ ਹੈ ਕਿ ਵਿੱਕੀ ਇੱਥੇ ਆ ਗਿਆ ਠੀਕ ਹੈ ਵਿੱਕੀ ਦਾ ਸਥਾਨ ਆਪਾਂ ਨੂੰ ਸੱਜੇ ਪਾਸੋਂ ਪਹਿਲਾਂ ਖੱਬੇ ਪਾਸੇ ਦੀ ਗੱਲ ਕੀਤੀ ਗਈ ਸੀਗੀ ਹੁਣ ਸੱਜੇ ਪਾਸੇ ਦੀ ਆ ਦੇਖੋ ਤਾਂ ਆਪਾਂ 15ਵਾਂ ਸਥਾਨ ਇਹ ਹੋ ਚੁੱਕੇਗਾ ਦੇਖੋ 15 16 17 18 19 ਤੇ 20 ਤਾਂ ਇਸ ਤਾਂ ਆਨਸਰ ਆ ਜਾਏਗਾ ਆਪਣਾ 20 ਤਾਂ ਹੋਰ ਦੇਖੋ ਇਹ ਚੀਜ਼ ਤਾਂ ਹੋ ਗਈ ਆਪਣੀ ਇਸ ਦੇ ਵਿੱਚ ਗਿਣ ਕੇ ਉਸ ਤੋਂ ਬਾਅਦ ਦੇਖੋ ਆਪਾਂ ਨੂੰ ਸਥਾਨ ਸੱਜੇ ਪਾਸੋਂ ਕਿਸ ਦਾ ਸਥਾਨ ਦਿੱਤਾ ਹੋਇਆ ਸੀਗਾ ਅਰਸ਼ ਦਾ ਅਰਸ਼ ਦਾ ਕਿੰਨਾਵਾਂ ਸਥਾਨ ਸੀਗਾ 15ਵਾਂ ਠੀਕ ਹੈ ਤੇ ਉਸ ਤੋਂ ਵਿੱਕੀ ਕਿੰਵੇਂ ਸਥਾਨ ਤੇ ਸੀਗਾ ਪੰਜਵੇਂ ਸਥਾਨ ਤੇ ਸੀਗਾ ਤਾਂ ਕਰਕੇ ਉਸ ਦੇ ਵਿੱਚ ਆਪਾਂ ਜੇਕਰ 5 ਜੋੜ ਦਈਏ ਤਾਂ ਆਪਣਾ ਆਨਸਰ ਆ ਜਾਏਗਾ 20 ਠੀਕ ਹੈ ਜੇਕਰ ਜਦੋਂ ਆਪਾਂ ਨੇ ਗਿਣ ਕੇ ਅਨਸਰ ਇਸ ਦਾ ਕੱਢਿਆ ਤਾਂ ਵੀ 20 ਆਇਆ ਤੇ ਜੇਕਰ ਆਪਾਂ ਇਹਨਾਂ ਦੇ ਸਥਾਨਾਂ ਦਾ ਦੋਨਾਂ ਦਾ ਜੋੜ ਕਰ ਦਈਏ ਸਭ ਤੋਂ ਪਹਿਲਾਂ ਦੇਖੋ ਵਿੱਕੀ ਦਾ ਸਥਾਨ ਆਪਾਂ ਨੇ ਪਤਾ ਸੀਗਾ ਕਿ 5 5ਵੇਂ ਸਥਾਨ ਤੇ ਹੈਗਾ ਅਰਸ਼ ਤੋਂ ਠੀਕ ਹੈ ਠੀਕ ਹੈ ਤੇ ਅਰਸ਼ ਦਾ ਆਪਾਂ ਨੂੰ ਦਿੱਤਾ ਹੋਇਆ ਸੀਗਾ ਅਰਸ਼ ਦਾ ਆਪਾਂ ਨੂੰ 15ਵਾਂ ਦਿੱਤਾ ਹੋਇਆ ਸੀਗਾ 15 ਤੇ 5 ਜਦੋਂ ਆਪਾਂ ਨੇ ਜੋੜਿਆ ਤਾਂ ਆਪਾਂ ਨੂੰ ਵਿੱਕੀ ਦਾ ਸਥਾਨ ਪਤਾ ਚੱਲ ਗਿਆ ਠੀਕ ਹੈ ਕਿੰਮੇ ਸੱਜੇ ਪਾਸੋਂ ਜਿਵੇਂ ਕਿ ਇਸੇ ਤਰ੍ਹਾਂ ਪਿਛਲੇ ਸਵਾਲ ਦੇ ਵਿੱਚ ਦੇਖ ਲਓ ਪਿਛਲੇ ਸਵਾਲ ਦੇ ਵਿੱਚ ਸੀਗਾ ਦੇਖੋ 21 ਦਿੱਤਾ ਹੋਇਆ ਸੀਗਾ ਆਪਾਂ ਨੂੰ ਠੀਕ ਹੈ 21 ਦਿੱਤਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਨੂੰ ਕਿੰਨਾ ਸਥਾਨ ਦਿੱਤਾ ਹੋਇਆ ਸੀਗਾ 7 ਦੇਖੋ ਉਸ ਤੋਂ ਬਾਅਦ ਆਪਾਂ ਨੂੰ ਰਮਨਦੀਪ ਕੌਰ ਦਾ ਠੀਕ ਹੈ ਰਾਣੀ ਤੋਂ 7ਵਾਂ ਸਥਾਨ ਸੀਗਾ 21 21ਵਾਂ ਸਥਾਨ ਦੇਖੋ ਰਾਣੀ ਦਾ ਸੀਗਾ ਆਪਾਂ ਨੇ 21 ਲਿਖ ਲਿਆ ਉਸ ਤੋਂ ਬਾਅਦ 7 ਜੋੜਾ ਉਹਦੇ ਵਿੱਚ 7ਵਾਂ ਸਥਾਨ ਰਮਨਦੀਪ ਕੌਰ ਦਾ ਸੀਗਾ ਰਾਣੀ ਤੋਂ 21 ਤੇ 7 ਦਾ ਜਦੋਂ ਆਪਾਂ ਨੇ ਕੀਤਾ ਜੋੜ ਤਾਂ ਆਪਣਾ 28 ਆਨਸਰ ਨਿਕਲ ਕੇ ਸਾਹਮਣੇ ਆ ਚੁੱਕਾ ਹੈ ਪਿਛਲੇ ਦਾ ਖੱਬੇ ਪਾਸੋਂ ਜਦੋਂ ਆਪਾਂ ਨੂੰ ਪੁੱਛਿਆ ਸੀਗਾ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਹਾਂ ਇੱਕ ਲਾਈਨ ਦੇ ਵਿੱਚ ਰਾਜਵਿੰਦਰ ਖੱਬੇ ਪਾਸੋਂ 19ਵੇਂ ਸਥਾਨ ਤੇ ਹੈ ਰਾਜਵਿੰਦਰ ਖੱਬੇ ਪਾਸੋਂ 19ਵੇਂ ਸਥਾਨ ਤੇ ਹੈ ਦੇਖੋ ਮੈਕਸਿਮਮ ਦਾ ਆਪਾਂ ਬਣਾ ਲੈਨੇਗਾ ਲੈਫਟ ਤੇ ਰਾਈਟ ਠੀਕ ਹੈ ਰਾਜਵਿੰਦਰ ਖੱਬੇ ਪਾਸੋਂ 19ਵੇਂ ਸਥਾਨ ਤੇ ਇੱਥੇ ਆਪਾਂ ਨੇ 19 ਲਿਖ ਲਿਆ ਇਸ ਨੂੰ ਲਿਖ ਲਿਆ ਰਾਜਵਿੰਦਰ ਆ ਉਸ ਤੋਂ ਬਾਅਦ ਸੱਜੇ ਪਾਸੋਂ ਪਵਨਦੀਪ 13ਵੇਂ ਸਥਾਨ ਤੇ ਹੈ ਸੱਜੇ ਪਾਸੋਂ ਪਵਨਦੀਪ 13ਵੇਂ ਸਥਾਨ ਤੇ ਇਸ ਨੂੰ ਲਿਖ ਲਿਆ ਪੀ ਤਾਂ ਉਹਨਾਂ ਦੋਵਾਂ ਦੇ ਬਿਲਕੁਲ ਵਿਚਕਾਰ ਗੁਰਵਿੰਦਰ ਬੈਠਾ ਹੋਏਗਾ ਬਿਲਕੁਲ ਵਿਚਕਾਰ ਤਾਂ ਇੱਥੇ ਵਿਚਕਾਰ ਹੋਏਗਾ ਇੱਥੇ ਆਪਾਂ ਜੀ ਲਿਖ ਲਿਆ ਗੁਰਵਿੰਦਰ ਨੂੰ ਠੀਕ ਹੈ ਤਾਂ ਦੇਖੋ ਉਸ ਦੇ ਵਿੱਚ ਜਿਹੜਾ ਰਾਜਵਿੰਦਰ ਤੋਂ ਸੱਜੇ ਪਾਸੇ ਵੱਲ ਨੂੰ ਇੱਥੇ ਅਗਰ ਰਾਜਵਿੰਦਰ ਰਾਜਵਿੰਦਰ ਤੋਂ ਸੱਜੇ ਪਾਸੇ ਵਾਲਾ ਉਹਨੂੰ ਤੀਜੇ ਸਥਾਨ ਤੇ ਹੈਗਾ ਜਿਹੜਾ ਗੁਰਵਿੰਦਰ ਹੈਗਾ ਜੋ ਕਿ ਕਹਿੰਦਾ ਤੀਜੇ ਸਥਾਨ ਤੇ 1 2 3 ਤਿੰਨ ਤੀਜੇ ਨੰਬਰ ਤੇ ਗੁਰਵਿੰਦਰ ਹੈਗਾ ਤਾਂ ਇਹਦੇ ਪਾਸੋਂ ਵੀ ਤੀਜੇ ਸਥਾਨ ਤੇ ਹੋਏਗਾ ਦੇਖੋ 1 2 3 ਠੀਕ ਹੈ ਤਾਂ ਵਿਚਕਾਰ ਸੀਗਾ ਇਸ ਤਰ੍ਹਾਂ ਆਪਾਂ ਨੇ ਦੇਖੋ ਕਰ ਲਿਆ ਉਸ ਤੋਂ ਬਾਅਦ ਕਿ ਹੈਗਾ ਕੁੱਲ ਵਿਦਿਆਰਥੀਆਂ ਦੀ ਸੰਖਿਆ ਪਤਾ ਕਰਨੀ ਹੈਗੀ ਤਾਂ ਦੇਖੋ ਆਪਾਂ ਨੂੰ ਸਥਾਨ ਪਤਾ ਚੱਲ ਚੁੱਕੇ ਨੇ ਠੀਕ ਹੈ ਵਿਦਿਆਰਥੀਆਂ ਦੀ ਆਪਾਂ ਨੇ ਹੁਣ ਕਰਨੀ ਹੈਗੀ ਸੰਖਿਆ ਪਤਾ ਵਿਦਿਆਰਥੀਆਂ ਦੀ ਸੰਖਿਆ ਪਤਾ ਕਰਨ ਦੇ ਵਾਸਤੇ ਆਪਾਂ ਕੀ ਕਰਾਂਗੇ ਇਹਨਾਂ ਦਾ ਕਰ ਲਾਂਗੇ ਦੇਖੋ ਜੋੜ ਦੇਖੋ 19 ਵਿਦਿਆਰਥੀ 19ਵਾਂ ਸਥਾਨ ਸੀਗਾ 18 ਵਿਦਿਆਰਥੀ ਇੱਥੇ ਬੈਠੇ ਹੋਏ ਸੀਗੇ 19ਵਾਂ ਹੋ ਗਿਆ ਇਹ ਠੀਕ ਹੈ 19 20 21 22 23 24 25 25 ਹੋ ਗਏ ਤੇ ਬਾਕੀ ਦੇ ਇੱਧਰ ਬੈਠੇ ਹੋਏ ਸੀਗੇ 12 ਦੇਖੋ ਦੁਬਾਰਾ ਰਿਪੀਟ ਕਰ ਲੈਣੇ ਹੈਗੇ ਇਸ ਨੂੰ ਰਾਜਵਿੰਦਰ ਕਿੰਵੇਂ ਸਥਾਨ ਤੇ ਹੈਗਾ 19ਵੇਂ ਸਥਾਨ ਤੇ ਠੀਕ ਹੈ ਉਸ ਤੋਂ ਬਾਅਦ ਹੈਗਾ ਪਵਨਦੀਪ 13ਵੇਂ ਸਥਾਨ ਤੇ ਠੀਕ ਹੈ ਪਵਨਦੀਪ 13ਵੇਂ ਸਥਾਨ ਤੇ ਹੈ ਉਸ ਤੋਂ ਬਾਅਦ ਦੇਖੋ ਆਪਾਂ ਨੇ ਸਥਾਨ ਪਤਾ ਕਰਨਾ ਸੀਗਾ ਦੋਨੋਂ ਦਾ ਤੇ ਇਹਨਾਂ ਦਾ ਆਪਾਂ ਕਰ ਲਾਂਗੇ ਜੋੜ ਜਿਵੇਂ ਕਿ ਆਪਾਂ ਨੇ ਪਹਿਲਾਂ ਮੈਕਸਿਮਮ ਦੇ ਵਿੱਚ ਤੁਹਾਨੂੰ ਆਪਾਂ ਨੇ ਕੱਢ ਕੇ ਦਿਖਾਇਆ ਸੀਗਾ ਮੈਕਸਿਮਮ ਸਵਾਲ ਦੇ ਵਾਂਗੂ ਹੀ ਹੈਗਾ ਮੈਕਸਿਮਮ ਹੀ ਆਪਾਂ ਨੇ ਵਿਦਿਆਰਥੀਆਂ ਦੀ ਸੰਖਿਆ ਪਤਾ ਕਰਨੀ ਸੀਗੀ ਇਸ ਦੇ ਵਿੱਚ ਵੀ ਦੇਖੋ ਆਪਾਂ ਨੇ ਸੰਖਿਆ ਪਤਾ ਕਰਨੀ ਹੈਗੀ ਠੀਕ ਹੈ ਸੰਖਿਆ ਪਤਾ ਕਰਨ ਦੇ ਵਾਸਤੇ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਇਹਨਾਂ ਦਾ ਕਰ ਦਿੰਨੇ ਹੁੰਨੇ ਆਂਗੇ ਜੋੜ ਠੀਕ ਹੈ ਇਹਨਾਂ ਦਾ ਆਪਾਂ ਜੋੜ ਕਰ ਦਿੰਨੇ ਹੁੰਨੇ ਆਂ ਮੈਕਸਿਮਮ ਜਦੋਂ ਕੱਢਣੇਗਾ ਦੇਖੋ 13 13 ਹੋ ਗਿਆ ਤੇ ਇਹ ਹੋ ਗਿਆ ਆਪਣੇ ਕਿੰਨੇ ਵਿਦਿਆਰਥੀ ਸੀਗੇ ਇੱਥੇ 1 2 3 4 5 ਠੀਕ ਹੈ ਇੱਥੇ ਸੀਗਾ 19 19 5 ਤੇ 13 19 5 13 ਇਹਨਾਂ ਦਾ ਕਰ ਲੋ ਜੋੜ 19513 ਠੀਕ ਹੈ 19513 ਦੇਖੋ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਜੋੜ ਕਰ ਸਕਦੇ ਹਾਂ ਜੇਕਰ ਆਪਾਂ ਨੂੰ ਦਿੱਤਾ ਹੋਵੇ ਮੈਕਸਿਮਮ ਮੈਕਸਿਮਮ ਦੇ ਵਿੱਚ ਦੇਖੋ 19513 ਇਹਨਾਂ ਦਾ ਆਪਾਂ ਮੈਕਸਿਮਮ ਜੇਕਰ ਕੱਢਣਾ ਹੈਗਾ ਇਹਨਾਂ ਦਾ ਵਿਚਾਲੇ ਪਾ ਦਿਓ ਜੋੜ ਠੀਕ ਹੈ ਤਾਂ ਇਸ ਦਾ ਜੋੜ ਕਰਕੇ ਇੱਥੇ ਆ ਜਾਏਗਾ 8 ਤਾਂ ਆਪਣਾ ਇਸ ਦਾ ਜਿਹੜਾ ਆਨਸਰ ਆ ਜਾਏਗਾ ਉਹ ਆਪਣਾ 37 ਆਨਸਰ ਨਿਕਲ ਕੇ ਸਾਹਮਣੇ ਆ ਚੁੱਕਾ ਹੈਗਾ ਇਸ ਦਾ ਜੇਕਰ ਮਤਲਬ ਕਿ ਮੈਕਸਿਮਮ ਆਪਾਂ ਨੇ ਪਤਾ ਕਰਨਾ ਸੀਗਾ ਮੈਕਸ ਪਤਾ ਕਰਤਾ ਉਸ ਤੋਂ ਬਾਅਦ ਦੇਖੋ ਇਸੇ ਦਾ ਜੇਕਰ ਆਪਾਂ ਨੇ ਮਿਨੀਮਮ ਪਤਾ ਕਰਨਾ ਹੈਗਾ ਇਸੇ ਸਵਾਲ ਦਾ ਠੀਕ ਹੈ ਵਿਦਿਆਰਥੀ ਦੇਖੋ ਰਾਜਵਿੰਦਰ ਹੈਗਾ 19ਵੇਂ ਸਥਾਨ ਤੇ ਮਿਨੀਮਮ ਦੇਖੋ ਆਪਾਂ ਨੇ ਪਤਾ ਕਰਨਾ ਹੈਗਾ ਲੈਫਟ ਤੇ ਰਾਈਟ ਠੀਕ ਹੈ ਇਹ ਹੈਗਾ 19ਵੇਂ ਸਥਾਨ ਤੇ ਕਰਾਸ ਕਰਵਾਵਾਂਗੇ ਇਸ ਵਾਰ ਆਪਾਂ ਤਾਂ ਇਹ ਹੋ ਗਿਆ 19ਵੇਂ ਸਥਾਨ ਤੇ ਆਪਣੇ ਕੋਲ ਰਾਜਵਿੰਦਰ ਉਸ ਤੋਂ ਬਾਅਦ 13ਵੇਂ ਸਥਾਨ ਤੇ ਪਵਨਦੀਪ ਪੀ ਲਿਖ ਲਿਆ ਪਵਨਦੀਪ ਨੂੰ ਆਪਾਂ ਨੇ ਠੀਕ ਹੈ ਤਾਂ ਇਹਨਾਂ ਦੇ ਵਿਚਾਰ ਦੇਖੋ ਕਿੰਨੇ ਵਿਦਿਆਰਥੀ ਪਹਿਲਾਂ ਸੀਗਾ ਜਿਹੜਾ ਆਪਾਂ ਨੇ ਜਮਾ ਪਿੱਛੇ ਸਵਾਲ ਕੀਤਾ ਸੀਗਾ ਆਪਾਂ ਨੂੰ ਦੱਸਿਆ ਹੋਇਆ ਸੀਗਾ ਕਿ ਇਹਨਾਂ ਦੇ ਵਿਚਾਰ ਕਿੰਨੇ ਵਿਦਿਆਰਥੀ ਬੈਠੇ ਹੋਏ ਨੇ ਠੀਕ ਹੈ ਇਸ ਤੋਂ ਬਾਅਦ ਆਪਾਂ ਨੂੰ ਕਿਹਾ ਗਿਆ ਹੈ ਵਿਚਾਲੇ ਕੋਈ ਵਿਦਿਆਰਥੀ ਆਪਾਂ ਨੂੰ ਦੱਸਿਆ ਹੋਇਆਗਾ ਠੀਕ ਹੈ ਉਸ ਦਾ ਆਪਾਂ ਨੇ ਤੀਜਾ ਸਥਾਨ ਦੱਸਿਆ ਹੋਇਆਗਾ ਮਤਲਬ ਕਿ ਦੋ ਵਿਦਿਆਰਥੀ ਇੱਧਰ ਨੇ ਦੋ ਇੱਧਰ ਨੇ ਇਹਨਾਂ ਵਿਦਿਆਰਥੀਆਂ ਦਾ ਜਦੋਂ ਆਪਾਂ ਨੇ ਸੰਖਿਆ ਜੋੜੀ ਇਹ ਬਣ ਗਈ 5 ਪੰਜ ਸੰਖਿਆ ਬਣ ਗਈ ਦੇਖੋ 13 ਜੋੜ 5 ਜੋੜ 19 13 ਜੋੜ 5 ਜੋੜ 19 ਆਪਣੇ ਕੋਲ ਇਹ ਸੰਖਿਆ ਬਣ ਗਈ ਮਤਲਬ ਕਿ ਜਿਵੇਂ ਜਿਹੜਾ ਆਪਾਂ ਜਮਾ ਸਟਾਰਟਿੰਗ ਦੇ ਵਿੱਚ ਸਵਾਲ ਕੀਤਾ ਸੀਗਾ ਉਸ ਤਰ੍ਹਾਂ ਦਾ ਇਹ ਸਵਾਲ ਬਣ ਚੁੱਕੇਗਾ ਆਪਣਾ ਜਾਂ ਤਾਂ ਕਿਸ ਤਰ੍ਹਾਂ ਆਪਾਂ ਕਰਾਂਗੇ ਮੈਕਸਿਮਮ ਦੇ ਵਿੱਚੋਂ ਇਸ ਨੂੰ ਘਟਾ ਕੇ ਸੋਲਵ ਕਰ ਲਾਂਗੇ ਤੇ ਜਾਂ ਫਿਰ ਆਪਾਂ ਉਸੇ ਤਰ੍ਹਾਂ ਜਿਵੇਂ ਸਥਾਨ ਪਤਾ ਕੀਤਾ ਸੀਗਾ ਦੇਖੋ 19ਵਾਂ ਸਥਾਨ ਦੇਖੋ ਆਪਾਂ ਨੂੰ ਇਸ ਦਾ ਪਤਾ ਹੈ ਦੇਖੋ 19ਵਾਂ ਸਥਾਨ ਇਸ ਪਾਸੋਂ ਆਪਾਂ ਨੂੰ ਪਤਾ ਹੈਗਾ ਰਾਜਵਿੰਦਰ ਦਾ ਇੱਥੋਂ 19ਵਾਂ ਸਥਾਨ ਠੀਕ ਹੈ ਤਾਂ ਜੇਕਰ ਆਪਾਂ ਇੱਥੋਂ ਸਥਾਨ ਪਤਾ ਕਰ ਲਈਏ ਇਸ ਪਾਸੋਂ ਰਾਜਵਿੰਦਰ ਦਾ ਤੇ ਆਪਾਂ ਜੋੜ ਕੇ ਦੋਨਾਂ ਨੂੰ ਉਸ ਦੇ ਵਿੱਚੋਂ ਇੱਕ ਘਟਾ ਦਈਏ ਤਾਂ ਆਪਣਾ ਆਨਸਰ ਆ ਜਾਏਗਾ ਦੇਖੋ ਇਸ ਪਾਸੋਂ ਇੱਥੇ 13 12 11 10 9 8 ਤੇ 7 ਦੇਖੋ ਇਸ ਪਾਸੋਂ 7 ਸਥਾਨ ਆ ਗਿਆ ਇਸ ਪਾਸੋਂ 7 ਸਥਾਨ ਆ ਗਿਆ 7 ਲਿਖ ਲਿਆ ਤੇ ਆਹ ਵਾਲਾ ਸੀਗਾ 19ਵਾਂ ਆਪਾਂ ਨੂੰ ਇਧਰਲੇ ਪਾਸੋਂ ਦਿੱਤਾ ਪਿਆ ਸੀਗਾ 7 ਤੇ 19 7 ਤੇ 19 ਹੋ ਗਿਆ 7 ਤੇ 19 ਦਾ ਆਪਾਂ ਨੇ ਜੋੜ ਕਰਤਾ ਆਪਣੇ ਕੋਲ ਬਣ ਜਗਾ 26 ਠੀਕ ਹੈ 26 ਦੇ ਵਿੱਚੋਂ ਇੱਕ ਕਟਾ ਕੇ 25 ਆਪਣਾ ਇਸ ਦਾ ਆਨਸਰ ਆ ਗਿਆ ਜਦੋਂ ਆਪਾਂ ਨੂੰ ਮਿਨੀਮਮ ਕਿਹਾਗਾ ਠੀਕ ਹੈ ਤਾਂ ਦੇਖੋ ਪਿਛਲੇ ਸਵਾਲ ਦੇ ਵਿੱਚ ਆਪਾਂ ਨੇ ਮੈਕਸਿਮਮ ਕੱਢਿਆ ਸੀਗਾ ਇਸ ਦਾ ਮੈਕਸਿਮਮ ਕੱਢ ਕੇ ਆਪਣਾ ਕਿੰਨਾ ਇਸ ਦਾ 37 ਆਨਸਰ ਆ ਗਿਆ ਸੀਗਾ ਠੀਕ ਹੈ ਸੇਮ ਸਵਾਲ ਹੈਗਾ ਨਾ ਇਹ ਤਾਂ ਕਰਕੇ ਆਪਾਂ ਮੈਕਸਿਮਮ ਇਸ ਵਿੱਚ ਨਹੀਂ ਕੱਢਾਂਗੇ ਦੇਖੋ ਮੈਕਸਿਮਮ ਆਪਾਂ ਪਹਿਲੀ ਵਾਰ ਇਸ ਦਾ ਮੈਕਸਿਮਮ 37 ਲਿਖ ਲਿਆ ਠੀਕ ਹੈ ਮੈਕਸਿਮਮ ਨੂੰ ਆਪਾਂ ਨੇ 37 ਲਿਖ ਕੇ ਰੱਖ ਲਿਆ ਆਪਣੇ ਕੋਲ ਉਸ ਤੋਂ ਬਾਅਦ ਦੇਖੋ ਤੁਹਾਨੂੰ ਦੱਸਿਆ ਸੀਗਾ ਵਿਚਕਾਰ ਪੰਜ ਵਿਦਿਆਰਥੀ ਨੇ ਪੰਜ ਦੋ ਵਾਰ ਜੋੜ ਰਹੇ ਨੇ ਪੰਜ ਤੇ ਪੰਜ 10 ਹੋ ਜਾਏਗਾ 10 ਹੋ ਜਾਏਗਾ ਤੇ ਆ ਵੀ ਦੋ ਵਾਰ ਜੋੜ ਰਹੇ ਨੇ 10 ਤੇ ਦੋ 12 ਕਰ ਦਾਂਗੇ 12 ਨੂੰ ਘਟਾ ਦਿਓ 37 ਦੇ ਵਿੱਚੋਂ ਤਾਂ ਇਸ ਦਾ ਆਪਣਾ ਆਨਸਰ 25 ਨਿਕਲ ਕੇ ਸਾਹਮਣੇ ਆ ਜਾਏਗਾ ਠੀਕ ਹੈ ਪਿਛਲੇ ਤਰੀਕੇ ਦੇ ਨਾਲ ਵੀ ਆਪਾਂ ਨੇ 19 ਦੇ ਵਿੱਚ ਜਦੋਂ ਆਪਾਂ ਨੇ ਜੋੜਿਆ ਸੀਗਾ 7 19 ਤੇ 7 ਠੀਕ ਹੈ ਆਪਣੇ ਕੋਲ 26 ਆ ਗਿਆ ਸੀਗਾ 26 ਦੇ ਵਿੱਚੋਂ ਆਪਾਂ ਨੇ ਇੱਕ ਘਟਾਤਾ ਸੀਗਾ ਤਾਂ 25 ਆਪਣਾ ਆਨਸਰ ਨਿਕਲ ਕੇ ਸਾਹਮਣੇ ਆ ਚੁੱਕਾ ਸੀਗਾ ਠੀਕ ਹੈ ਤਾਂ ਦੇਖੋ ਇਹ ਸੀਗੀ ਆਪਣੀ ਅੱਜ ਦੀ ਰੀਜ਼ਨਿੰਗ ਦੀ ਕਲਾਸ ਤੁਹਾਨੂੰ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਉਮੀਦ ਹੈ ਕਿ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਕੱਲ ਨੂੰ ਆਪਣਾ ਇਹ ਚੈਪਟਰ ਆਰਡਰ ਐਂਡ ਰੈਂਕਿੰਗ ਦਾ ਹੈਗਾ ਜਿਹੜਾ ਸਮਾਪਤ ਹੋ ਜਾਏਗਾ ਠੀਕ ਹੈ ਐਡਵਾਂਸ ਲੈਵਲ ਆਪਣਾ ਇਸ ਦਾ ਚੱਲਦਾ ਪਿਆਗਾ ਤੇ ਕੱਲ ਨੂੰ ਆਪਾਂ ਇਸ ਦਾ ਚੈਪਟਰ ਇਸ ਚੈਪਟਰ ਨੂੰ ਸਮਾਪਤ ਕਰਕੇ ਅਗਲਾ ਚੈਪਟਰ ਸਟਾਰਟ ਕਰਾਂਗੇ ਠੀਕ ਹੈ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੱਧ ਤੋਂ ਵੱਧ ਤੁਸੀਂ ਰਿਵੀਜ਼ਨ ਕਰਨੀ ਹੈ ਇਸ ਤਰ੍ਹਾਂ ਦੇ ਸਵਾਲਾਂ ਦੀ ਠੀਕ ਹੈ ਪੁਰਾਣਾ ਜਾਂ ਕੋਈ ਵੀ ਕਿਸੇ ਪੇਪਰ ਹੋਰ ਪੇਪਰ ਜਿਹੜਾ ਹੁੰਦਾ ਹੈਗਾ ਉਸ ਦੇ ਵਿੱਚੋਂ ਇਸ ਤਰ੍ਹਾਂ ਦੇ ਸਵਾਲ ਤੁਸੀਂ ਨੇ ਲੱਭਣੇ ਨੇ ਤੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਠੀਕ ਹੈ ਤੇ ਪ੍ਰੈਕਟਿਸ ਤੇ ਜ਼ੋਰ ਦੇਣਾ ਹੈਗਾ ਤੁਸੀਂ ਨੇ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਤੁਸੀਂ ਨੇ ਪਿਛਲੀਆਂ ਵੀਡੀਓਜ਼ ਨੂੰ ਆਈ ਬਟਨ ਦੇ ਵਿੱਚ ਜਾ ਕੇ ਇੱਥੋਂ ਦੇਖ ਲੈਣੇਗਾ ਤੇ ਜਾਂ ਫਿਰ ਤੁਸੀਂ ਨੇ ਕੀ ਕਰਨਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਪਿਛਲੀਆਂ ਸਾਰੀਆਂ ਕਲਾਸਾਂ ਨੂੰ ਦੇਖ ਸਕਦੇ ਹੋ ਉੱਥੇ ਤੁਹਾਨੂੰ ਲਿੰਕ ਮਿਲ ਜਾਏਗਾ ਤੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾਗਾ ਠੀਕ ਹੈ ਤੇ ਪਹਿਲੀ ਵਾਰ ਜੇਕਰ ਜੁੜ ਰਹੇ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਰੋਜ਼ਾਨਾ ਆਪਣੇ ਚੈਨਲ ਦੇ ਉੱਤੇ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤਾਂ ਕਲਾਸ ਕੁਝ ਦਿਨਾਂ ਤੋਂ ਆਪਣੀ ਲੇਟ ਚੱਲਦੀ ਹੈ ਤੇ ਇੱਕ ਦੋ ਵਾਰ ਮਿਸ ਵੀ ਹੋ ਗਈ ਕਲਾਸ ਇਸ ਕਰਕੇ ਮਾਫੀ ਚਾਹੁੰਦੇ ਹਾਂ ਤਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਸ ਦਾ ਟਾਈਮ ਫਿਕਸ ਕਰੀਏ ਤੇ ਕਲਾਸ ਵੀ ਮਿਸ ਨਾ ਹੋਵੇ ਤਾਂ ਇਸੇ ਤਰ੍ਹਾਂ ਆਪਣੇ ਨਾਲ ਰੈਗੂਲਰ ਜੁੜਦੇ ਰਹੋ ਤੇ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਹੁਣ ਤੱਕ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ